ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਸ਼ਨੀਵਾਰ ਆ ਜੀ ਅਤੇ ਸ਼ਨੀਵਾਰ ਦਾ ਕੈਂਪ ਹੁੰਦਾ ਜਿਵੇਂ ਤੁਹਾਨੂੰ ਪਤਾ ਮਹੀਨੇ ਦੇ ਵਿੱਚ ਦੋ ਸ਼ਨੀਵਾਰ ਅਸੀਂ ਕੈਂਪ ਲਾਉਂਦੇ ਹਾਂ ਅਤੇ ਵਾਹਿਗੁਰੂ ਦੀ ਬੜੀ ਕਿਰਪਾ ਸੱਚੇ ਪਾਤਸ਼ਾਹ ਦੀ ਵੀ ਜਿਹੜੇ ਕੈਂਪ ਲਾਉਣ ਦੀ ਸੱਚੇ ਪਾਤਸ਼ਾਹ ਨੇ ਸੇਵਾ ਸ਼ੁਰੂ ਕਰਵਾਈ ਸੀ ਸਾਡੇ ਕਲਯੁਗੀਆਂ ਤੋਂ ਉਹ ਕਰੀਬ ਕਰੀਬ ਸਫਲ ਆ ਕਿਉਂਕਿ ਹੁਣ ਤੱਕਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਵੀਰਾਂ ਦੇ ਸਿੰਗਲ ਖੁੱਲ੍ਹ ਗਏ ਆ ਜਿਹੜੇ ਬੰਨੇ ਹੋਏ ਸੀ ਜਾਂ ਪਿੰਡਾਂ ਦੇ ਵਿੱਚ ਸੜਕਾਂ 'ਤੇ ਘੁੰਮਦੇ ਸੀ ਜਾਂ ਗਲੀਆਂ ਮੁਹੱਲਿਆਂ ਦੇ ਵਿੱਚ ਇੱਦਾਂ ਨਾਲਿਆਂ ਦੇ ਉੱਪਰ ਜਾਂ ਪੁਲਾਂ ਦੇ ਥੱਲੇ ਸੌਂਦੇ ਸੀ ਜਾਂ ਆਪਣੇ ਘਰ ਦੇ ਵਿੱਚ ਬੰਦ ਕਰਕੇ ਰੱਖਣੇ ਪੈਂਦੇ ਸੀ। ਇੱਦਾਂ ਦੇ ਵੀਰ ਭੈਣ ਬਜ਼ੁਰਗ ਮਾਵਾਂ ਜਿਨ੍ਹਾਂ ਨੂੰ ਸੰਗਲਾਂ 'ਤੇ ਜਾਂ ਨਿਜਾਤ ਮਿਲ ਗਈ ਹੈ ਅਤੇ ਆਜ਼ਾਦੀ ਮਿਲ ਗਈ ਆ ਸਿਰਫ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਦਵਾਈਆਂ ਚੰਗੇ ਹਸਪਤਾਲ ਤੋਂ ਚੰਗੇ ਡਾਕਟਰਾਂ ਦੀ ਲਿਖੀ ਹੋਈ ਦਵਾਈ ਅਸੀਂ ਦਿੰਦੇ ਹਾਂ ਅਤੇ ਦਵਾਈ ਵੀ ਤੁਸੀਂ ਭੇਜਦੇ ਹੋ ਉਹ ਵਾਹਿਗੁਰੂ ਭੇਜਦਾ ਸੱਚੇ ਪਾਤਸ਼ਾਹ ਤੁਹਾਡੇ ਵਰਗੇ ਵੀਰਾਂ ਤੋਂ ਬਜ਼ੁਰਗਾਂ ਤੋਂ ਭੈਣਾਂ ਤੋਂ ਸੇਵਾ ਲੈਂਦੇ ਨੇ ਜਿਹੜੀਆਂ ਅਸੀਂ ਮੈਡੀਸਨ ਦੀ ਲਿਸਟ ਜਾਰੀ ਕਰਦੇ ਹਾਂ ਜਿਹੜੀ ਕੈਂਪ 'ਚ ਵੰਡੀ ਜਾਣੀ ਆ। ਅੱਜ ਫਿਰ 100 ਦੇ ਕਰੀਬ ਮੈਂਬਰ ਆਏ ਨੇ ਸਾਡੇ ਕੋਲ ਜਿਹੜੇ ਦਿਮਾਗੀ ਪੀੜਤ ਨੇ ਬਿਮਾਰੀਆਂ ਤੋਂ ਅਤੇ ਜਿਹਦੇ ਵਿੱਚ 22-23 ਪੇਸ਼ੈਂਟ ਨਵੇਂ ਆ ਬਾਕੀ ਪੁਰਾਣੇ ਆ ਅਤੇ ਫਿਰ ਕੁਛ ਅੱਖਾਂ ਨਾਲ ਰਿਲੇਟਡ ਬਿਮਾਰੀਆਂ ਦਾ ਕੈਂਪ ਵੀ ਹਰੇਕ ਵਾਰ ਅਸੀਂ ਨਾਲ ਹੀ ਲਾਉਂਦੇ ਹਾਂ ਅਤੇ ਅੱਖਾਂ ਨਾਲ ਰਿਲੇਟਡ ਜਿਹੜੀਆਂ ਬਿਮਾਰੀਆਂ ਵਾਲੇ ਮਰੀਜ਼ ਆ ਉਹ ਵੀ ਨਾਲ ਪਹੁੰਚੇ ਹੋਏ ਅੱਜ ਅਤੇ ਉਹਨਾਂ ਦੇ ਵਾਸਤੇ ਜਿਹੜੀਆਂ ਮੈਡੀਸਨ ਅਸੀਂ ਦੇਣੀਆਂ ਸਾਈਕੈਟ੍ਰਿਕਸ ਪ੍ਰੋਬਲਮ ਆ ਜਿਨ੍ਹਾਂ ਨੂੰ ਦਿਮਾਗ ਦੀਆਂ ਉਹ ਦਵਾਈਆਂ ਸੰਗਤ ਵੱਲੋਂ ਪਹੁੰਚਦੀਆਂ ਕੀਤੀਆਂ ਜਾਂਦੀਆਂ ਸਾਡੇ ਕੋਲ। ਕੋਈ ਵੀਰ 10 ਬੰਦਿਆਂ ਦੀ ਕੋਈ 5 ਬੰਦਿਆਂ ਦੀ ਦਵਾਈ ਭੇਜਦਾ ਕੋਈ 20 ਦੀ ਭੇਜਦਾ ਅਤੇ ਇੱਦਾਂ ਹੀ ਕੋਈ ਵੀਰ ਇੱਦਾਂ ਦੇ ਜਿਹੜੇ 50 ਬੰਦਿਆਂ ਦੀ ਮੈਡੀਸਨ ਵੀ ਭੇਜ ਦਿੰਦੇ ਆ ਪਰ ਪਿਛਲੇ 2 ਮਹੀਨਿਆਂ ਤੋਂ ਮੈਡੀਸਨ ਸਾਡੇ ਤੱਕ ਪਹੁੰਚ ਨਹੀਂ ਰਹੀ ਸਾਨੂੰ ਲੈਣੀ ਪੈ ਰਹੀ ਆ। ਇਸ ਤੋਂ ਪਹਿਲਾਂ ਸੰਗਤ ਸਾਨੂੰ ਦਵਾਈ ਭੇਜਦੀ ਸੀ ਅਤੇ ਅਸੀਂ ਦਵਾਈ ਉਹ ਵਰਤਾ ਲੈਂਦੇ ਸੀ ਅਤੇ ਹੁਣ ਪਿਛਲੇ ਕੈਂਪ 'ਤੇ ਵੀ ਅਤੇ ਉਸ ਤੋਂ ਪਿਛਲੇ 'ਤੇ ਵੀ ਅਤੇ ਆਹ ਕੈਂਪ 'ਤੇ ਵੀ 3 ਵਾਰੀ ਮੈਡੀਸਨ ਮੁੱਲ ਲੈਣੀ ਪਈ ਆ। ਰਾਤ 69,000 ਰੁਪਏ ਦੀ ਮੈਡੀਸਨ ਭੁੱਲਰ ਮੈਡੀਕਲ ਹਾਲ ਤੋਂ ਲੈ ਕੇ ਆਏ ਹਾਂ ਅਤੇ ਉੱਥੇ ਬੇਨਤੀ ਆ ਜੇ ਕੋਈ ਭੈਣ ਜਾਂ ਭਰਾ ਉੱਥੇ ਜਾ ਕੇ ਉਸ ਬਿੱਲ ਦੇ ਵਿੱਚ ਹਿੱਸਾ ਪਾ ਸਕਦਾ ਤਾਂ ਜੋ ਅਸੀਂ ਅਗਲੇ ਕੈਂਪ ਦੀ ਜਿਹੜੀ ਮੈਡੀਸਨ ਆ ਉਹਨੂੰ ਅਰੇਂਜ ਕਰ ਸਕੀਏ ਅਤੇ ਹੋਰ ਭੈਣਾਂ ਭਰਾਵਾਂ ਦੀ ਮਦਦ ਕਰ ਸਕੀਏ ਜਿਹੜੇ ਸੰਗਲਾਂ ਨਾਲ ਬੰਨੇ ਹੋਏ ਆ ਜਿਹੜੇ ਆਪਦੇ ਹੀ ਘਰਾਂ ਦੇ ਵਿੱਚ ਬੰਦ ਹੋਏ ਬੈਠੇ ਆ ਜਿਹੜੇ ਆਪਦੇ ਪਿੰਡਾਂ ਦੇ ਵਿੱਚ ਉਹ ਗਲੀਆਂ ਮੁਹੱਲਿਆਂ ਦੇ ਉੱਪਰ ਸੜਕਾਂ 'ਤੇ ਰਹਿਣ ਲਈ ਮਜਬੂਰ ਹੋ ਗਏ ਨੇ। ਪ੍ਰੋਬਲਮ ਕੀ ਇੱਕ ਛੋਟੀ ਜਿਹੀ ਦਿਮਾਗੀ ਪ੍ਰੋਬਲਮ ਆ ਅਤੇ ਜਿਹਦਾ ਇਲਾਜ ਆ ਜਿਹਦੇ ਵਿੱਚ ਤੁਹਾਡੀਆਂ ਦਵਾਵਾਂ ਅਤੇ ਅਰਦਾਸਾਂ ਵੀ ਕੰਮ ਕਰਦੀਆਂ ਅਤੇ ਉਹ ਦਵਾਈਆਂ ਵੀ ਦਵਾਵਾਂ ਵਾਂਗ ਕੰਮ ਕਰਦੀਆਂ ਨੇ। ਅਤੇ ਅੱਜ ਤੁਹਾਨੂੰ ਮਿਲਾਉਂਦੇ ਹਾਂ ਕੁਛ ਨਵੇਂ ਅਤੇ ਕੁਛ ਪੁਰਾਣੇ ਪਰਿਵਾਰਕ ਮੈਂਬਰਾਂ ਨੂੰ। ਬੇਨਤੀ ਇਸ ਵੀਡੀਓ ਨੂੰ ਸ਼ੁਰੂ 'ਚ ਸ਼ੇਅਰ ਕਰ ਦਿਓ, ਇੱਕ ਰਿਕੁਐਸਟ ਆ ਤੁਹਾਨੂੰ ਤਾਂ ਜੋ ਆਪਾਂ ਹੋਰਾਂ ਭੈਣਾਂ ਭਰਾਵਾਂ ਤੱਕ ਆਵਾਜ਼ ਪਹੁੰਚਾ ਸਕੀਏ ਤਾਂ ਜੋ ਜਿਹੜੇ ਇਸ ਵਾਰ 22 ਮਰੀਜ਼ ਨਵੇਂ ਆਏ ਆ ਅਤੇ ਅਗਲੀ ਵਾਰ ਇਹ ਮਰੀਜ਼ ਵੱਧ ਕੇ 100 ਦੀ ਗਿਣਤੀ ਚਾਹੁਣ। ਬਹੁਤ ਲੋਕ ਨੇ ਲੋੜਵੰਦ ਪਰ ਉਹ ਸਾਡੇ ਤੱਕ ਪਹੁੰਚ ਨਹੀਂ ਪਾਉਂਦੇ ਜਾਂ ਅਸੀਂ ਉਹਨਾਂ ਤੱਕ ਨਹੀਂ ਪਹੁੰਚ ਪਾਉਂਦੇ। ਇਸ ਕਰਕੇ ਅੱਜ ਤੁਹਾਨੂੰ ਮਿਲਾਉਂਦੇ ਹਾਂ, ਇੱਕ ਮਾਂ ਦਾ ਦੁੱਖ ਵੀ ਸੁਣਾਉਂਦੇ। ਮਾਂ ਪਿਛਲੇ 1 ਸਾਲ ਤੋਂ ਕਰੀਬ ਆਪਣੇ ਪੁੱਤ ਨੂੰ ਦਵਾਈ ਦਵਾ ਰਹੀ ਆ, ਇਹਦਾ ਜਿਹੜਾ ਦਿਮਾਗ ਆ ਉਹ ਸ਼ਰਿੰਕ ਹੋ ਗਿਆ, ਸੁੰਗੜ ਗਿਆ। ਬਚਪਨ ਤੋਂ ਹੀ ਇਹ ਦਿਮਾਗ ਦੀ ਬਿਮਾਰੀ ਤੋਂ ਪੀੜਤ ਆ ਵੀਰ, ਅਤੇ ਪਰਿਵਾਰ ਵੀ ਨਹੀਂ ਸਾਥ ਦੇ ਰਿਹਾ। ਇਹਦੇ ਭਰਾ ਵਾ ਜਿਹੜੇ ਉਹ ਬਹੁਤ ਜ਼ਿਆਦਾ ਕੁੱਟਦੇ ਆ, ਤਸ਼ੱਦਦ ਕਰਦੇ ਆ। ਦਵਾਈ ਵੀ ਤਾਂ ਹੀ ਕੰਮ ਕਰਦੀ ਹੈ ਜੇ ਘਰੇ ਪਿਆਰ ਭਰਿਆ ਮਾਹੌਲ ਮਿਲੂਗਾ। ਸਾਡੇ ਕੋਲ ਜਿਹੜਾ ਸਾਡਾ ਪਰਿਵਾਰ ਆ 125 ਪਰਿਵਾਰ ਦਾ ਮੈਂਬਰ ਆ ਅਤੇ ਹੁਣ ਤੱਕ 200 ਤੋਂ ਵੱਧ ਮੈਂਬਰ ਠੀਕ ਹੋ ਕੇ ਘਰਾਂ ਨੂੰ ਚਲੇ ਗਏ ਆ। ਉਹਦਾ ਕਾਰਨ ਇਹੀ ਹੈ ਵੀ ਅਸੀਂ ਪਰਿਵਾਰ ਵਾਂਗ ਰਹਿੰਦੇ ਹਾਂ ਇੱਥੇ, ਅਤੇ ਜੇ ਅਸੀਂ ਵੀ ਇਹਨਾਂ ਨੂੰ ਅਤੇ ਤਸ਼ੱਦਦ ਕਰੀਏ, ਕੁੱਟੀਏ, ਮਾਰੀਏ, ਘੂਰੀਏ ਤਾਂ ਇਹ ਠੀਕ ਨਹੀਂ ਹੋਣਗੇ, ਤਾਂ ਹੋਰ ਬਦਤਰ ਹੋ ਜਾਣਗੇ। ਅਤੇ ਇੱਦਾਂ ਹੀ ਜਿਹੜੇ ਪਰਿਵਾਰਾਂ ਦੇ ਮੈਂਬਰਾਂ ਨੂੰ ਬੇਨਤੀ ਹੈ ਜਿਨ੍ਹਾਂ ਦੇ ਘਰਾਂ 'ਚ ਕੋਈ ਇੱਦਾਂ ਦਾ ਸਿੱਧ ਪੱਧਰਾ ਇਨਸਾਨ ਹੈਗਾ, ਉਹਨੂੰ ਰੱਬ ਦਾ ਰੂਪ ਮੰਨਣਾ ਚਾਹੀਦਾ, ਉਹਦੀ ਰੱਬ ਵਾਂਗ ਸੇਵਾ ਕਰਨੀ ਚਾਹੀਦੀ ਆ। ਇਸ ਵੀਰ ਨੂੰ ਜੁੱਤੀਆਂ ਨਾਲ, ਡੰਡਿਆਂ ਨਾਲ, ਨੰਗੇ ਪਿੰਡੇ ਕੁੱਟਿਆ ਜਾਂਦਾ ਅਤੇ ਮਾਂ ਪਿਛਲੀ ਕਰੀਬ 6-7 ਮਹੀਨਿਆਂ ਤੋਂ ਹੀ ਮਿਹਨਤਾਂ ਕਰ ਰਹੀ ਹੈ ਸਾਡੀਆਂ ਵੀ ਪੁੱਤ ਨੂੰ ਇੱਥੇ ਰੱਖ ਲਓ, ਆਪਦੇ ਕੋਲ ਰੱਖ ਲਓ, ਵੀ ਮੇਰੇ ਤੋਂ ਦੇਖ ਨਹੀਂ ਹੁੰਦਾ, ਇਹਨੂੰ ਕੁੱਟਦੇ ਆ, ਇਹ ਸਾਂਭਿਆ ਨਹੀਂ ਜਾਂਦਾ ਹੁਣ ਮੇਰੇ ਤੋਂ, ਇਹ ਮਰ ਜੂ ਕਿਸੇ ਦਿਨ। ਅਤੇ ਅੱਜ ਮਾਂ ਸਵੇਰੇ ਆ ਕੇ ਫਿਰ ਬਿਲਕ ਪਈ, ਫਿਰ ਮਾਂ ਨੇ ਆ ਕੇ ਇਹੀ ਕਿਹਾ। ਬਾਕੀ ਤੁਹਾਨੂੰ ਵੀ ਸੁਣਾਉਂਦੇ ਇਸ ਮਾਂ ਦੀ ਦੁੱਖ ਦੀ ਉਹ ਦਾਸਤਾਂ ਜਿਹੜੀ ਇਹ ਮਾਂ ਪਿਛਲੇ ਕਿੰਨੇ ਸਾਲਾਂ ਤੋਂ ਮਾਂ ਇਹ ਇੱਦਾਂ ਵਾ 14 ਸਾਲਾਂ ਮਾਂ ਤੁਸੀਂ ਕਿੱਥੋਂ ਆਉਂਦੇ ਹੋ? ਬੋਹੜ ਤੋਂ। ਮਾਂ ਕਿੰਨੇ ਪੁੱਤ ਆ ਤੇਰੇ? 3 ਬੇਟੀ? ਬੇਟੀਆਂ 3। ਠੀਕ ਹੈ, ਵਿਆਹੇ ਹੋਏ ਸਾਰੇ? ਆਪ ਆਪਣੇ ਘਰੇ ਆ? ਕਿੱਥੇ ਵਿਆਹੇ ਪੁੱਤ? ਹਾਂ, ਇੱਕ ਤਾਂ ਹੀ ਘਰ ਬਣਾਇਆ ਪੁੱਤ, ਜੇ ਉਹਦੀ ਥੱਬਾ ਲਾਤਾ ਤੇ ਮੈਂ ਕਿੱਥੇ ਮਰਾਂਗੀ? ਮੇਰੇ ਵੱਲੋਂ ਮਰ ਜਾਵੇ ਮੈਂ ਤੈਨੂੰ ਦੋਸ਼ ਨਹੀਂ ਦਿਆਂ, ਇਹ ਤੈਨੂੰ ਛੱਡ ਰੱਖਣਾ ਪੈਣਾ।
ਮੇਰਾ ਸੰਗਤ ਸਾਰੀ ਨੂੰ ਪੁੱਛ ਲਾ ਵੀ ਮੇਰਾ ਇਹਨੇ ਕੀ ਹਾਲ ਕੀਤਾ। ਉਹਦੀ ਬੱਚੀ ਦਾ ਗਲ ਘੁੱਟਦਾ ਹੈ, ਉਹ ਗਰਭਵਤੀ ਹੈ ਵਿਚਾਰੀ, ਛੁੱਟੀਆਂ ਤਾਂ ਕਿਤੇ ਪੇਟ 'ਚ ਲੱਤ ਮਾਰਤੀ, ਫਿਰ ਮੈਂ ਕੀ ਕਰਾਂਗੀ। ਸ਼ੀਸ਼ੇ ਤੋੜ ਦਿੰਦਾ ਹੈ, ਟੀ ਵੀ ਭੰਨ ਦਿੰਦਾ ਹੈ, ਐਲ ਸੀ ਡੀਆਂ ਤੋੜ ਦਿੰਦਾ ਹੈ, ਫਰਿੱਜ ਮੈਂ ਲੋਕ ਕਰਕੇ ਰੱਖੀ ਹੈ ਅੰਦਰ। ਇਹਨੂੰ ਸਾਨੂੰ ਦੇਖ ਕੇ ਲੋਕ ਨੇ ਇਹਨੂੰ ਨੱਕ ਵੱਟਦੇ ਆ। ਮੈਨੂੰ ਦੱਸ ਵੀ ਮੈਂ ਕੀ ਕਰਾਂ, ਮੈਂ ਰੱਖਦਾ ਮਾਂ ਵੀ ਜੇ ਹਰੇਕ ਪਰਿਵਾਰ ਦਾ ਮੈਂਬਰ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਲੱਗ ਗਿਆ ਵਾਅਦਾ ਕਰਦਾ ਮੈਂ। ਉਹਦੀ ਬੱਚੀ ਦਾ ਗਲ ਘੁੱਟਦਾ ਹੈ, ਉਹ ਕੀ ਕਰੇ, ਉਹਨੂੰ ਕੁੱਟਣਗੇ ਨਾ ਤਾਂ ਕੀ ਕਰਨਗੇ। ਉਹਦੀ ਬੱਚੀ ਦਾ ਗਲ ਘੁੱਟਦਾ ਮਰ ਗਿਆ, ਉਹਦਾ ਪੋਤਾ ਘਰ ਉੱਜੜ ਗਿਆ। ਕਹਿੰਦਾ ਮਾਂ ਮੇਰਾ ਘਰ ਉੱਜੜ ਜਾਵੇਗਾ, ਇੱਕ ਪੁੱਤ ਮੈਂ ਮਸਾ ਵਿਆਹਿਆ ਹੈ, ਬੜਾ ਪੈਸਾ ਲਾਇਆ, ਪੈਸੇ ਤੋਰੀ ਮੈਂ ਭਰਦੀ ਹੋਈ। ਅੱਜ ਇਹਨੇ ਡਾਕਟਰ ਦੀਦੀ ਨੇ ਵੀ ਜਵਾਬ ਦਿੱਤਾ, ਕਹਿੰਦੀ ਇਲਾਜ ਹੈ। ਆਪਾਂ ਜਿੱਥੇ ਗਏ ਅੱਜ ਉਹਨੇ ਵੀ ਜਵਾਬ ਦਿੱਤਾ, ਕਹਿੰਦੀ ਮੈਂ ਪੁੱਤ ਸੱਚ ਦੱਸਦੇ, ਕਹਿੰਦੀ ਮੈਂ ਗੁਰਪ੍ਰੀਤ ਨੂੰ ਫੋਨ ਕਰਾਂਗੀ, ਕਹਿੰਦੀ ਮੈਂ ਕਿਹਾ ਸੱਚ ਦੱਸਦੇ ਜਿਹਦਾ ਇਲਾਜ ਹੈਗਾ ਹੈ ਜਾਂ ਨਹੀਂ। ਮੈਨੂੰ ਲਟਾ ਨਾ ਰੱਖੀ ਆਉਂਦੀ ਨਹੀਂ ਹੈਗਾ, ਮੈਂ ਤਾਂ ਜੱਜ ਕੇ ਜਾਣਾ ਗੁਰਪ੍ਰੀਤ, ਮੈਂ ਕਿਤੇ ਮੈਂ ਕਦੇ ਤੈਨੂੰ ਟੋਚੀ ਨਹੀਂ ਡਰਾਉਂਗੀ। ਤੂੰ ਮੇਰੀ ਮਾਂ ਆ, ਤੂੰ ਮੈਨੂੰ ਦੋਸ਼ੀ ਕਿਉਂ ਡਰਾਏਂਗੀ? ਮੈਂ ਤੇਰੇ ਤੇ ਮੈਂ ਇਸ ਕਰਕੇ ਨਹੀਂ ਮਾਂ, ਇਹ ਮੈਨੂੰ ਇਸ ਕਰਕੇ ਨਹੀਂ ਮਾਂ, ਮੈਨੂੰ ਮਨਾ ਕਰ ਰਿਹਾ ਵੀ ਮੈਂ ਡਰਦਾ ਕਿਸੇ ਗੱਲ ਤੋਂ ਵੀ ਇਲਜ਼ਾਮ ਮੇਰੇ ਤੇ ਆ ਜਾਊ, ਮੈਨੂੰ ਇਸ ਚੀਜ਼ ਦਾ ਕੋਈ ਡਰ ਨਹੀਂ ਮਾਂ। ਉਹ ਵਾਹਿਗੁਰੂ ਨੂੰ ਪਤਾ ਮੇਰੇ ਨੂੰ ਵੀ ਮੈਂ ਕੀ ਕਰਨਾ, ਅਸੀਂ ਸੇਵਾ ਕਰਨੀ ਆ ਮਾਂ, ਜੇ ਇਹਦੀ ਜ਼ਿੰਦਗੀ ਇੱਥੇ ਖਤਮ ਹੋਣੀ ਹੈ, ਜਿੱਥੇ ਖਤਮ ਹੋਣੀ ਹੈ ਹੋ ਜਾਣੀ ਹੈ, ਸ਼ਾਇਦ ਮੇਰੀ ਉਸ ਤੋਂ ਪਹਿਲਾਂ ਹੋ ਜਾਣੀ, ਇਹ ਵੀ ਨਹੀਂ ਪਤਾ। ਔਰ ਇਸ ਗੱਲ ਦਾ ਸਮੇਂ ਦਾ ਨਹੀਂ ਪਤਾ, ਸਮੇਂ ਦਾ ਮਾਂ ਇਹ ਨਹੀਂ ਪਤਾ ਹੁੰਦਾ ਕਿਸੇ ਦਾ ਵੀ। ਪਰ ਇਹ ਨਾ ਕਿਹਾ ਮੈਂ ਇਸ ਕਰਕੇ ਨਹੀਂ ਕਹਿ ਰਿਹਾ, ਤੁਹਾਨੂੰ ਮਨਾ ਕਰ ਰਿਹਾ, ਮੈਂ ਤਾਂ ਇਸ ਕਰਕੇ ਕਹਿ ਰਿਹਾ ਵੀ ਹਰੇਕ ਬੰਦਾ ਆਪਣੀ ਜ਼ਿੰਮੇਵਾਰੀ ਸਮਝੇ, ਤਾਂ ਇਹ ਚੀਜ਼ਾਂ ਨੂੰ ਸੜਕਾਂ 'ਤੇ ਰੌਲਣਾ ਨਾ ਪਵੇ, ਸਾਨੂੰ ਰੱਖਣੇ ਨਾ ਪੈਣ, ਸਾਡੇ ਵਰਗੀ ਸੰਸਥਾ ਦੀ ਲੋੜ ਹੀ ਨਾ ਪਵੇ ਪੰਜਾਬ। ਪਰ ਮੈਂ ਤੇਰੇ ਨਾਲ ਇਸ ਗੱਲ ਦਾ ਵਾਅਦਾ ਕਰਦਾ, ਇਹ ਮੈਂ ਰੱਖੂੰਗਾ, ਬੱਚੇ ਨੂੰ ਕਟਰੂ ਪਸ਼ੂ ਵਾਂਗੂ ਲਾ ਕੇ ਚਲੇ ਜਾਂਦੇ ਨੇ ਲੋਕ, ਜਿਵੇਂ ਗਾਵਾਂ ਮੰਡੀ ਚ ਲਾ ਦਿੰਦੇ ਆ। ਮਿਲ ਕੇ ਜਾਣਾ ਹਰੇਕ ਮਹੀਨੇ ਆਉਣਾ, ਇਹਨੂੰ ਮਿਲ ਕੇ ਜਾਣਾ ਇੱਥੇ ਸਾਡੇ, ਰੱਖਦੀਆਂ ਤਾਂ ਰੱਖਣੀ, ਬੰਨ ਕੇ ਜਾਣੀ ਹੈ ਇਹਦੇ, ਇਹ ਸਿੱਖਿਆ ਲੈਣ ਦੀ ਲੋੜ ਆ ਜੀ, ਕਿਸੇ ਦੇ ਘਰ ਚ ਵੀ ਨਾਮਾ ਤੂੰ ਰੋ ਨਾ, ਕੋਈ ਨਾ ਅਸੀਂ ਇੱਕ ਇਸ ਗੱਲ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਜੀ,
ਵੀ ਦੇਖੋ ਇੱਕ ਮਾਂ ਦਾ ਕੀ ਕਸੂਰ ਹੈ ਤੇ ਮਾਂ ਨੇ ਤਿੰਨ ਪੁੱਤ ਜੰਮੇ ਇੱਕ ਉਹਨਾਂ ਦੇ ਵਿੱਚੋਂ 14-15 ਸਾਲਾਂ ਤੋਂ ਮੈਂਟਲੀ ਪ੍ਰੋਬਲਮਾਂ ਦੇ ਵਿੱਚ ਘਿਰ ਗਿਆ ਦਿਮਾਗੀ ਬਿਮਾਰੀਆਂ ਤੋਂ ਪੀੜਿਤ ਹੋ ਗਿਆ ਮਾਂ ਨੇ ਇਲਾਜ ਨਾ ਕਰਵਾ ਸਕਦੀ ਸੀ ਉਹ ਕਰਵਾਇਆ ਜਿੱਥੇ ਕਿਤੇ ਠਾਕੇ ਥੌਲੇ ਕਰਵਾ ਸਕਦੀ ਸੀ ਉਹ ਵੀ ਕਰਵਾਏ ਜਿੱਥੇ ਕਿਤੇ ਤੀਰਥ ਸ਼ਨਾਨਾਂ 'ਤੇ ਇਸ਼ਨਾਨ ਕਰਾ ਸਕਦੀ ਸੀ ਉਹ ਵੀ ਕਰਵਾ ਲਏ ਪਰ ਪੁੱਤ ਠੀਕ ਨਹੀਂ ਹੋਇਆ ਅਤੇ ਅੱਜ ਹਾਲਾਤ ਇਹ ਆ ਗਏ ਅੱਜ ਨੌਬਤ ਇਹ ਆ ਗਈ ਵੀ ਮਾਂ ਨੂੰ ਆਪਦਾ ਪੁੱਤ ਛੱਡਣਾ ਪੈ ਰਿਹਾ ਕਾਰਨ ਕੀ ਹੈ ਇਹਦੇ ਪਿੱਛੇ ਸਾਡਾ ਘਟੀਆ ਤੰਤਰ ਆ ਸਾਡਾ ਸਿਸਟਮ ਆ ਸਿਸਟਮ ਨੇ ਸਾਡੀ ਨੇ ਇਹਨਾਂ ਮਾਂ ਪਾਪਾਂ ਨੂੰ ਮਜਬੂਰ ਕਰਤਾ ਆਪਣੇ ਬੱਚਿਆਂ ਨੂੰ ਛੱਡਣ ਲਈ ਜੇ ਸਾਨੂੰ ਸਾਡਾ ਸਿਸਟਮ ਸਾਡੀਆਂ ਸਰਕਾਰਾਂ ਸਾਨੂੰ ਐਜੂਕੇਸ਼ਨ ਦੇਣ ਸਾਨੂੰ ਹੈਲਥ ਨਾਲ ਰਿਲੇਟਡ ਇਸ਼ੂ ਆ ਜਿਹੜੇ ਸਾਡੇ ਉਹਨਾਂ ਦਾ ਫ੍ਰੀ ਇਲਾਜ ਹੋਵੇ ਸਿਵਲ ਹਸਪਤਾਲ ਪ੍ਰਾਈਵੇਟ ਹਸਪਤਾਲਾਂ ਵਾਂਗੂ ਚੱਲਣ ਜਿਵੇਂ ਹੁਣ 5-star ਹੋਟਲਾਂ ਵਾਂਗ ਪ੍ਰਾਈਵੇਟ ਹਸਪਤਾਲ ਖੁੱਲ੍ਹੇ ਆ ਨਾ ਜੀ ਦੁਕਾਨਾਂ ਵੱਡੀਆਂ ਉਹਦੇ 'ਚ ਵੱਡੇ ਜਲਾਦ ਬੈਠੇ ਆ ਉੱਥੇ ਜਦੋਂ ਇੱਦਾਂ ਦੀ ਮਾਂ ਦਵਾਈ ਲੈਣ ਜਾਂਦੀ ਆਪਦੇ ਪੁੱਤ ਨੂੰ ਉਹ ਹਜ਼ਾਰਾਂ ਨਹੀਂ ਲੱਖਾਂ ਰੁਪਈਆ ਖਰਚਾ ਦੱਸਦੇ ਨੇ 20-20 ਹਜ਼ਾਰ ਦੇ ਟੈਸਟ ਦੱਸ ਦਿੰਦੇ ਨੇ ਅਤੇ ਫਿਰ ਉਹ ਕਰਵਾ ਨਹੀਂ ਪਾਉਂਦੇ ਅਤੇ ਦਿਮਾਗ ਦੀਆਂ ਪ੍ਰੋਬਲਮਾਂ ਵੱਧਦੀਆਂ ਵੱਧਦੀਆਂ ਇੱਥੇ ਤੱਕ ਚਲੇ ਜਾਂਦੀਆਂ ਵੀ ਅਖੀਰ ਨੂੰ ਇਲਾਜ ਦੂਰ ਚਲੇ ਜਾਂਦਾ ਉਸ ਮਰੀਜ਼ ਤੋਂ ਅੱਜ ਮਾਤਾ ਦੇ ਪੁੱਤ ਨੂੰ ਡਾਕਟਰਾਂ ਨੇ ਵੀ ਜਵਾਬ ਦਿੱਤਾ ਵੀ ਇਹ ਠੀਕ ਨਹੀਂ ਹੋ ਸਕਦਾ ਅਤੇ ਅੱਜ ਮਾਤਾ ਦੇ ਇਸ ਪੁੱਤ ਨੂੰ ਟੈਸਟ ਕਰਾਉਣ ਤੋਂ ਬਾਅਦ ਵੀ ਦਿਮਾਗ ਦੀ ਜਿਹੜੀ ਅੰਦਰਲੀਆਂ ਨਾੜੀਆਂ ਉਹ ਇਹ ਕਹਿ ਰਹੀਆਂ ਵਾ ਵੀ ਇਹਦੀ ਦਿਮਾਗ ਦੀ ਕੰਡੀਸ਼ਨ ਆ ਜਿਹੜੀ ਉਹ ਠੀਕ ਨਹੀਂ ਹੋਣ ਦੇ ਹਾਲਾਤ 'ਚ ਹੈਗੀ ਅਤੇ ਇਸ ਕਰਕੇ ਸਾਡੇ ਘਟੀਆ ਸਿਸਟਮ ਨੂੰ ਬਦਲਣ ਦੀ ਲੋੜ ਆ ਸਾਡੇ ਆਪਦੇ ਆਪ ਨੂੰ ਸਾਨੂੰ ਜਾਗਰੂਕ ਹੋਣ ਦੀ ਲੋੜ ਆ ਸਾਡੇ ਸਿਵਲ ਹਸਪਤਾਲ ਸਿਰਫ ਘਰ ਪਰਚੇ ਕਟਾਉਣ ਲਈ ਕਚਹਿਰੀਆਂ ਦੇ ਵਿੱਚ ਪੇਪਰ ਬਣਾਉਣ ਲਈ ਕੰਮ ਆਉਂਦੇ ਨੇ ਇਕੱਲੇ ਇਹ ਮਾਂ ਵੀ ਸਿਵਲ ਹਸਪਤਾਲ 'ਚ ਆਪਦੇ ਪੁੱਤ ਨੂੰ ਲੈ ਕੇ ਗਈ ਸੀ ਪਰ ਉੱਥੇ ਕਿਸੇ ਨੇ ਬਾਂਹ ਨਹੀਂ ਫੜੀ ਕਿਸੇ ਨੇ ਇਲਾਜ ਨਹੀਂ ਕਰਿਆ ਪੂਰੀ ਰਾਤ ਛਿੜਕਤੇ ਦਾ ਖੂਨ ਚੁੰਦਾ ਰਿਹਾ ਇੰਨੀ ਇਹਦੀ ਰਾੜ ਪਈ 60,000 ਦੇ ਕੇ ਹੱਥ ਧੋਣਾ ਪੱਟਿਆ ਗਿਸ਼ਤੀ ਗਹਿਣੇ ਰੱਖ ਕੇ ਉਹ ਗਿਸ਼ਤੀ ਮੇਰੀਆਂ ਹੁਣ ਤੀਆਂ ਨੇ ਚਟਾਈ ਘਰ ਦਾ ਸਾਰਾ ਵੀ ਬਹਿ ਕਰਕੇ ਗੁੱਤੀ ਦੇ ਰੱਖੇ ਰਾਤ ਇੰਨੀ ਗਰਜਾਈ ਹੋ ਗਈ ਇਹ ਉਹ ਪੰਜਾਬ ਦੀ ਮਾਂ ਦਾ ਦੁੱਖ ਆ ਜਿਹਨੇ ਹਰੀ ਸਿੰਘ ਨਲੂਏ ਵਰਗੇ ਯੋਧੇ ਜੰਮੇ ਜਿਹਨੇ ਸ਼ਹੀਦ ਭਗਤ ਸਿੰਘ ਵਰਗੇ ਯੋਧੇ ਜੰਮੇ ਇਹ ਉਸ ਮਾਂ ਦੀ ਤਕਲੀਫ ਆ ਜਿਹੜੀ ਉਸ ਪੰਜਾਬ 'ਚ ਰਹਿੰਦੀ ਹੈ ਜਿੱਥੇ ਭਾਈ ਘਨੱਈਆ ਜੀ ਨੇ ਦੁਸ਼ਮਣਾਂ ਦੇ ਵੀ ਮੱਲਮ ਪੱਟੀਆਂ ਕੀਤੀਆਂ ਪਹਿਲੀ ਫਸਟ ਏਡ ਸ਼ੁਰੂ ਕੀਤੀ ਭਾਈ ਘਨੱਈਆ ਜੀ ਨੇ ਉਸ ਪੰਜਾਬ ਦੀ ਇਹ ਮਾਂ ਵਾਂ ਜਿਹੜੀ ਵਿਲਕਦੀ ਆਪਦੇ ਪੁੱਤ ਨੂੰ ਛੱਡਣਾ ਚਾਹੁੰਦੀ ਹੈ ਮੈਂ ਸਾਂਭ ਨਹੀਂ ਸਕਦੀ ਅਤੇ ਉਸ ਪੰਜਾਬ ਦੀ ਮਾਂ ਵਾਂ ਜਿੱਥੇ ਇਲਾਜ ਨਹੀਂ ਮਿਲਦਾ ਅਸੀਂ ਵਿਲਕਦੇ ਹਾਂ ਤੜਫਦੇ ਹਾਂ ਬੱਚਿਆਂ ਨੂੰ ਅਖੀਰ ਨੂੰ ਡਾਕਟਰ ਵੀ ਕਹਿੰਦੇ ਠੀਕ ਹੀ ਨਹੀਂ ਹੋ ਸਕਦੇ ਇਹ ਉਹਨਾਂ ਡਾਕਟਰਾਂ ਦਾ ਲੁੱਟਿਆ ਫੁੱਟਿਆ ਹੋਇਆ ਪਰਿਵਾਰ ਆ ਇਹ ਉਹਨਾਂ ਡਾਕਟਰਾਂ ਨੇ ਗਰਜਾਈ ਕੀਤਾ ਹੋਇਆ ਇਹ ਪਰਿਵਾਰ ਆ ਜਿਹੜੇ ਕਿਸੇ ਟਾਈਮ ਰੱਬ ਮੰਨੇ ਜਾਂਦੇ ਅੱਜ ਡਾਕਟਰ ਰੱਬ ਨਹੀਂ ਰਹੇ ਅੱਜ ਡਾਕਟਰ ਆਪਦੀ ਬੁੱਕਲ ਝਾਤ ਮਾਰ ਕੇ ਦੇਖਣ ਮੈਂ ਸਾਰੇ ਡਾਕਟਰਾਂ ਨੂੰ ਮਾੜਾ ਨਹੀਂ ਕਹਿੰਦੇ ਅਸੀਂ ਵੀ ਸਾਰੇ ਡਾਕਟਰ ਮਾੜੇ ਆ ਪਰ ਵਿੱਚ ਜੇ ਕਿਤੇ ਰੱਬ ਬੈਠਾ ਨਾ ਤਾਂ ਉਹਦੇ ਕਰਕੇ ਦੁਨੀਆ ਟਿੱਕੀ ਹੋਈ ਆ ਰੱਬ ਵੀ ਹੈਗੇ ਨੇ ਵਿੱਚ ਪਰ ਜ਼ਿਆਦਾਤਰ ਡਾਕਟਰ ਜੱਬ ਬਣ ਗਿਆ ਜੱਬ ਰੱਬ ਨਹੀਂ ਰਹੇ ਉਹ ਬਿਨਾਂ ਲੋੜ ਤੋਂ ਓਪਰੇਟ ਕਰ ਦਿੰਦੇ ਨੇ ਬਿਨਾਂ ਕਿਸੇ ਲੋੜ ਤੋਂ ਸਰਜੀਰੀਅਨ ਕਰਕੇ ਵੱਡਾ ਆਪਰੇਸ਼ਨ ਕਰਕੇ ਬੱਚੇ ਦਾ ਜਨਮ ਯਾਨੀ ਕਿ ਜਿਹੜਾ ਹੋਣ ਲਈ ਉਹ ਇੱਕ 50-60 ਹਜ਼ਾਰ ਰੁਪਏ ਦੀ ਖਾਤਰ ਸਿਰਫ ਉੱਥੇ ਰਿਪੋਰਟਾਂ ਦੇ ਵਿੱਚ ਹੱਥ ਨਾਲ ਲਿਖਣਾ ਹੀ ਹੁੰਦਾ ਵੀ ਇਹਦਾ ਹਾਈਪਰ ਟੈਂਸ਼ਨ ਇਹਦਾ BP ਵਧਿਆ ਹੋਇਆ ਜੀ ਬਹੁਤ ਜ਼ਿਆਦਾ ਅਤੇ ਇਸ ਕਰਕੇ ਬੱਚੇ ਨੂੰ ਖਤਰਾ ਵਾ ਅਤੇ ਆਪਰੇਸ਼ਨ ਕਰਨ ਦੀ ਲੋੜ ਆ ਅਤੇ 50-60 ਹਜ਼ਾਰ ਰੁਪਏ ਦੇ ਚੱਕਰ 'ਚ ਉਹ ਲੇਡੀ ਨੂੰ ਸਦਾ ਲਈ ਅਪਾਹਜ ਕਰ ਦਿੱਤਾ ਜਾਂਦਾ ਵਾ ਅਤੇ ਇੱਦਾਂ ਹੀ ਕਿਸੇ ਦਾ ਪਿੱਤੇ ਦਾ ਕਿੱਥੇ ਦਾ ਪੱਥਰੀ ਦਾ ਆਪਰੇਸ਼ਨ ਬਿਨਾਂ ਕਿਸੇ ਲੋੜ ਤੋਂ ਕਰੀ ਜਾਂਦੇ ਨੇ ਪੈਸੇ ਬਣਾਉਣ ਦੀ ਹੋੜ ਲੱਗੀ ਹੋਈ ਆ ਇੱਦਾਂ ਦੇ ਬੱਚਿਆਂ ਦਾ ਇਲਾਜ ਦੇ ਵਿੱਚ ਮਾਂ ਦੱਸਦੀ ਆ ਘਰ ਗਹਿਣੇ ਪੈ ਗਿਆ ਘਰ ਅੱਜ ਤੱਕ ਹੁਣ ਛੁਡਾਇਆ ਧੀਆਂ ਨੇ ਪਤਾ ਨਹੀਂ ਕਿੰਨੀ ਵਾਰ ਮਾਂ ਕਰਜ਼ਾਈ ਹੋ ਕੇ ਕਰਜ਼ਾ ਲਾਹ ਚੁੱਕੀਆਂ ਧੀਆਂ ਦਵਾਈਆਂ ਤੋਂ ਕਰਜ਼ਾ ਲਹਾਉਣਾ ਪੈਂਦਾ ਪਰ ਸਾਡੇ ਸਿਸਟਮ ਦੇ ਸਿਰ 'ਤੇ ਜੂ ਨਹੀਂ ਫਾਜ਼ਿਲਕਾ ਜ਼ਿਲ੍ਹਾ ਮਾਤਾ ਦਾ ਫਾਜ਼ਿਲਕਾ ਬਾਰਡਰ 'ਤੇ ਪੈਂਦਾ ਹਰਿਆਣੇ ਦੇ ਨਾਲ ਲੱਗਦਾ ਪਿੰਡ 'ਚ ਬਿਲਕੁਲ ਮਾਤਾ ਦਾ ਪਰ ਕੋਈ ਸੁਣਨ ਵਾਲਾ ਨਹੀਂ ਉੱਥੋਂ ਦੇ ਲੀਡਰ ਲੋਕਲ ਉੱਥੋਂ ਦੇ SGPC ਦੇ ਮੈਂਬਰ ਜਿਹੜੇ ਸ਼੍ਰੋਮਣੀ ਕਮੇਟੀ ਕਰੋੜਾਂ ਅਰਬਾਂ ਦਾ ਬਜਟ ਆ ਜਿਹਦਾ ਤੁਸੀਂ ਸੋਚ ਕੇ ਦੱਸੋ ਮਾਂ ਸੁਖਮਨੀ ਸਾਹਿਬ ਦਾ ਪਾਠ ਮਾਂ ਕਹਿੰਦੀ ਮੈਂ ਹਰ ਰੋਜ਼ ਕਰਦੀ ਹਾਂ ਪਰ ਮੈਂ 4 ਵਜੇ ਉੱਠ ਪੈਂਦੀ 6 ਵਜੇ ਉੱਠ ਉਸ ਤੋਂ ਪਹਿਲਾਂ ਮੈਂ ਕਿੰਨਾ ਤੇ ਸੁਖਮਨੀ ਸਾਹਿਬ ਪਾਠ ਕਰਨ ਦੇ ਬਾਵਜੂਦ ਵੀ ਘਰ 'ਚ ਸੁੱਖ ਨਹੀਂ ਹੈਗਾ ਕਿਉਂਕਿ ਸਾਡੇ ਜਿਹੜੀਆਂ ਧਾਰਮਿਕ ਜਥੇਬੰਦੀਆਂ ਉਹਨਾਂ ਨੇ ਸੁੱਖ ਦੇਣਾ ਬੰਦ ਕੀਤਾ ਹੋਇਆ ਵਾ ਜੇ ਧਾਰਮਿਕ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਪੰਜਾਬ 'ਚ ਇੱਕ ਹੋਸਪਿਟਲ ਇਹੋ ਜਿਹਾ ਖੋਲ੍ਹ ਦੇਣ
ਜਿੱਥੇ ਇਦਾਂ ਦੇ ਲੋਕਾਂ ਦਾ ਬਿਲਕੁਲ ਫ੍ਰੀ ਇਲਾਜ ਹੋਊ, ਬਿਲਕੁਲ ਫ੍ਰੀ ਟੈਸਟ ਹੋਣਗੇ। ਕੀ ਸ਼੍ਰੋਮਣੀ ਕਮੇਟੀ ਕੋਲੇ ਪੈਸੇ ਦੀ ਕਮੀ ਆ? ਕੀ ਮੰਦਰ ਕਮੇਟੀਆਂ ਜਿਹੜੀਆਂ ਵੱਡੀਆਂ ਵੱਡੀਆਂ ਬਣੀਆਂ ਹੋਈਆਂ, ਕੀ ਉਹਨਾਂ ਕੋਲੇ ਲੱਖਾਂ ਅਰਬਾਂ ਦਾ ਚੜਾਵਾ ਵਾ ਜਿਹੜਾ, ਉਹ 'ਚ ਕਮੀ ਹੈ ਕੋਈ? ਜੇ ਫ੍ਰੀ ਐਜੂਕੇਸ਼ਨ ਜੇ ਸਰਕਾਰ ਨਹੀਂ ਦੇ ਸਕਦੀ ਤਾਂ ਧਾਰਮਿਕ ਜਥੇਬੰਦੀਆਂ ਦਾ ਫਰਜ਼ ਬਣਦਾ ਵੀ ਜਿੱਥੇ ਸਰਕਾਰ ਫੇਲ ਹੋ ਗਈ ਉੱਥੇ ਉਹ ਖੜਨ, ਜਿੱਥੇ ਬੰਦਾ ਫੇਲ ਹੋ ਗਿਆ ਉੱਥੇ ਰੱਬ ਖੜਦਾ। ਅਤੇ ਉਹ ਰੱਬ ਦੇ ਨੁਮਾਇੰਦੇ ਆ, ਰੱਬ ਦੇ ਘਰਾਂ ਦੇ ਨੁਮਾਇੰਦੇ ਆ। ਉਹ SGPC ਦੇ ਮੈਂਬਰ ਆ ਨਾ ਜਿਹੜੇ ਸਾਡੇ, ਉਹ ਗੁਰੂ ਘਰਾਂ ਦੇ ਨੁਮਾਇੰਦੇ ਆ। ਗੁਰੂ ਘਰਾਂ ਨੂੰ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਉਹਨਾਂ ਨੂੰ ਵੀ ਇਹ ਗੁਰੂ ਘਰਾਂ ਵਾਸਤੇ ਸਾਡੇ ਵਾਸਤੇ ਸਹੀ ਫੈਸਲੇ ਲੈਣਗੇ। ਅੱਜ ਅੰਗਰੇਜ਼ ਸਿੰਘ ਇਹ ਸਾਬਤ ਕਰਦਾ, ਇਹ ਮਾਂ ਉਹਦੀ ਕਟਰੂ ਬਸ਼ਰੂ ਵਾਂਗ ਆਪਣੇ ਪੁੱਤ ਨੂੰ ਛੱਡਣ ਲਈ ਮਜਬੂਰ ਹੋ ਗਈ, ਤਾਂ ਜੋ ਇਹਨੇ ਘਰ ਵੀ ਚਲਾਉਣਾ, ਆਪਣੇ ਪਰਿਵਾਰ ਨੂੰ ਪਾਲਣਾ, ਨਿੱਕੇ ਨਿੱਕੇ ਆਪਣੇ ਪੋਤੇ ਪੋਤੀਆਂ ਅਤੇ ਆਪਣੀ ਨੂੰਹ ਗਰਭਵਤੀ ਦਾ ਵੀ ਖਿਆਲ ਰੱਖਣਾ। ਘਰ 'ਚ ਮੈਂਟਲੀ ਅਪਸੈਟ ਪੁੱਤ ਤਾਂ ਕੀ ਕਰੂ ਇਹਦੇ ਵਾਸਤੇ? ਅਫਸਰਾਂ ਕੋਲ ਵੀ ਬਥੇਰੀਆਂ ਸ਼ਿਕਾਇਤਾਂ ਅਤੇ ਚਿੱਠੀਆਂ ਪਾ ਕੇ ਵੀ ਦੇਖ ਲਈਆਂ, ਐਪਲੀਕੇਸ਼ਨਾਂ ਲਾ ਕੇ ਦੇਖੀਆਂ, ਕੋਈ ਹੱਲ ਨਹੀਂ ਹੋਈ, ਕੋਈ ਮਦਦ ਨਹੀਂ ਕਰਦਾ। ਇਹ ਪੰਜਾਬ ਦੇ ਅੱਜ ਦੇ ਸਾਡੇ ਦੇ ਹਾਲਾਤ ਆ। ਹੋਰ ਮਿਲਾਉਂਦੇ ਅੱਗੇ ਤੁਹਾਨੂੰ ਆ ਬੈਠੀਆਂ ਮੈਂ ਦੋ ਕਰਮਾਂ ਦੀਆਂ ਮਾਰੀਆਂ ਮਾਵਾਂ ਦੋਨੇ, ਇਹ ਤਾਏ ਚਾਚੇ ਦੇ ਪੁੱਤ ਆ, ਇਹ ਅਮਰਜੀਤ ਸਿੰਘ ਆ ਅਤੇ ਇਹ ਬਾਈ ਕੀ ਨਾਂ ਜੀ? ਸੁਖਪਾਲ ਸਿੰਘ, ਅਸ਼ੋਕ ਕੁਮਾਰ। ਮਾਤਾ ਜੀ ਤੁਹਾਡੇ ਕੀ ਲੱਗਦੇ ਨੇ? ਮਾਤਾ ਜੀ ਦਰਾਣੀ ਆ, ਦੋਨੇ ਦਰਾਣੀ ਜਠਾਣੀ ਅੱਜ ਆਪਣੇ ਪੁੱਤਾਂ ਨੂੰ ਲੈ ਕੇ ਆਈਆਂ ਨੇ। ਦੋਨਾਂ ਦੇ ਪੁੱਤ ਮੈਂਟਲੀ ਅਪਸੈਟ ਆ। ਇਹ ਵੀਰ ਦਾ ਤੁਸੀਂ ਕੱਪੜਿਆਂ ਤੋਂ ਹਾਲਾਤ ਤੋਂ ਅੰਦਾਜ਼ਾ ਲਾ ਸਕਦੇ ਆ, ਪਤਾ ਨਹੀਂ ਕਿੰਨੇ ਕਿੰਨੇ ਦਿਨ ਇਸ਼ਨਾਨ ਨਹੀਂ ਕਰਦਾ। ਪੜ੍ਹਿਆ ਲਿਖਿਆ ਕਿੰਨਾ ਪੜ੍ਹਿਆ ਮਾਂ? ਪਲੱਸ ਟੂ ਪੜ੍ਹਿਆ ਹੋਇਆ ਕਦੇ? ਬਹੁਤ ਹੁਸ਼ਿਆਰ ਸੀ, ਪੜ੍ਹਨ ਫੁੱਟਬਾਲ ਦਾ ਪਲੇਅਰ ਸੀ ਪੂਰਾ ਵਧੀਆ। ਅਤੇ ਅੱਜ ਫੁੱਟਬਾਲ ਦਾ ਪਲੇਅਰ ਆਹ ਹਾਲਾਤਾਂ 'ਚ ਤੁਸੀਂ ਪੈਰ ਦੇਖੋ ਇਹਦੇ, ਮਿੱਟੀ 'ਚ ਰੁਲ ਗਿਆ ਮਾਂ ਦਾ ਹੀਰਾ ਪੁੱਤ। ਅਤੇ ਜੇ ਹੀਰੇ ਪੰਜਾਬ ਦੇ ਮਿੱਟੀ 'ਚ ਰੁਲ ਰਹੇ ਆ ਅਤੇ ਸਾਡੇ ਪੰਜਾਬ ਦੇ ਉਹਨਾਂ ਲੀਡਰਾਂ ਨੂੰ ਪੁੱਛ ਕੇ ਦੇਖੋ, ਉਹ ਕਹਿੰਦੇ ਪੰਜਾਬ ਬਹੁਤ ਤਰੱਕੀਆਂ 'ਤੇ ਆ। ਉਹ ਕਹਿੰਦੇ ਪੰਜਾਬ ਜਿੰਨੀ ਹੁਣ ਤਰੱਕੀ 'ਤੇ ਆ ਕਦੇ ਹੋਇਆ ਹੀ ਨਹੀਂ। ਅਤੇ ਜਿਹੜੀ ਰੂਲਿੰਗ ਪਾਰਟੀ ਆ ਉਹ ਇਹ ਕਹਿੰਦੀ ਹੈ, ਅਤੇ ਜਿਹੜੀ ਆਪੋਜੀਸ਼ਨ 'ਚ ਆ ਉਹਨਾਂ ਨੇ ਵੀ 10 ਸਾਲ ਲੁੱਟਿਆ ਸਾਨੂੰ, ਉਹ ਕਹਿੰਦੀ ਆ ਵੀ ਜਿੰਨਾ ਹੁਣ ਪੰਜਾਬ ਮਾੜੇ ਹਾਲਾਤਾਂ 'ਚ ਆ ਅੱਜ ਤੱਕ ਕਦੇ ਹੋਇਆ ਹੀ ਨਹੀਂ। ਬਸ ਇੱਕ ਭਲਵਾਨ ਆ, ਦੋ ਘੁੜਦੇ, ਇੱਕ ਜਿੱਤ ਜਾਂਦਾ ਇੱਕ ਹਾਰ ਜਾਂਦਾ, ਹਰਿਆ ਹੋਇਆ 5 ਸਾਲ ਗਾਲਾਂ ਕੱਢੀ ਜਾਂਦਾ ਜੀ ਇਹਨੇ ਮੈਨੂੰ ਗਲਤ ਤਰੀਕੇ ਨਾਲ ਹਰਾ ਤਾ, ਅਤੇ ਜਿੱਤਿਆ ਹੋਇਆ ਥਾਪੀਆਂ ਮਾਰੀ ਜਾਂਦਾ ਅਤੇ ਅਗਲੀ ਵਾਰੀ ਉਹਨੇ ਜਿੱਤ ਜਾਣਾ ਅਤੇ ਉਹਨੇ ਢਾਉਣਾ। ਅਸੀਂ ਕੀ ਹਾਂ, ਅਸੀਂ ਕੌਣ ਆ, ਸਾਡੇ ਨਾਲ ਕੀ ਵਤੀਰਾ ਹੁੰਦਾ, ਅਸੀਂ ਸੋਚੀਏ ਇਹਦੇ ਬਾਰੇ। ਕਿੱਥੋਂ ਆਏ ਹੋ ਮਾਤਾ ਜੀ? ਕਿਹੜਾ ਪਿੰਡ? ਸਿੰਘਪੁਰਾ ਪਿੰਡ ਆ। ਤੁਹਾਡਾ ਪਿੰਡ ਕਿਹੜਾ ਮਾਂ? ਸਿੰਘਪੁਰਾ, ਮਾਈਆਂ ਵਾਲਾ ਸਿੰਘਪੁਰਾ? ਰਾਜਨੀ ਮਾਤਾ ਵਾਲਾ ਸਿੰਘਪੁਰਾ, ਜਿੱਥੋਂ ਦੇ ਆ ਦੋ ਉਸੇ ਪਿੰਡ ਦੇ ਨੌਜਵਾਨਾਂ ਨੂੰ ਲੈ ਕੇ ਦੋਨੇ ਮਾਵਾਂ ਦਰਾਣੀ ਜਠਾਣੀ ਇੱਥੇ ਪਹੁੰਚੀਆਂ। ਤਕਲੀਫ ਸੋਚ ਕੇ ਦੇਖੋ ਵੀ ਇੱਕੋ ਪਰਿਵਾਰ ਦੇ ਵਿੱਚ ਦੋ ਪੁੱਤ ਮੈਂਟਲੀ ਅਪਸੈਟ ਹੋ ਗਏ। ਰੋ ਨਾ ਮਾਂ, ਜਿਹੜਾ ਇਸ ਤੋਂ ਵੱਡਾ ਉਹ ਵੀ ਇੱਦਾਂ, ਕੀ ਚੱਕਰ ਆ ਮਾਂ, ਇਹ ਸਦਾਈ ਕਾਹਤੋਂ ਹੋ ਗਈ ਇੱਦਾਂ? ਕੋਈ ਇਹਨਾਂ ਦਾ ਪਿਓ ਦਾਦਾ ਕੋਈ ਨਾਨਾ ਕੋਈ ਇੱਦਾਂ ਸੀਗਾ? ਕੂੜੇ ਦਾ ਢੇਰ ਫੋਲਦੇ ਆ, ਕੱਪੜੇ ਵੀ ਜਿਹੜੇ ਆਪਣੇ ਉਹ ਵੀ ਖੋਲ ਕੇ ਸਿੱਟੇ ਹੁੰਦਾ ਆ, ਰੋਜ਼ ਕੁਛ ਸਮਾਈ ਦੇਣਾ, ਅਗਲੇ ਹੁਣ 400-400 ਰੁਪਈਏ ਸਮਾਈ ਦਾ ਲੈਂਦੇ। ਸਾਡੇ ਨੇੜੇ ਹੁਸ਼ਿਆਰਪੁਰ ਪੈਂਦਾ, ਉੱਥੋਂ ਕਹਿੰਦੇ ਨੇ ਦਵਾਈ ਸ਼ੁਰੂ ਕੀਤੀ ਹੁੰਦੀ ਹੈ, ਉੱਥੋਂ ਇਹਨੂੰ ਫਰਕ ਨਹੀਂ ਪਿਆ, ਸੈਣੀ ਦੇ ਡਾਕਟਰ ਸੈਣੀ ਦੇ ਨਹੀਂ ਫਰਕ ਪਿਆ, ਮੈਂ ਬੰਦ ਕਰਤੀ। ਅਤੇ ਹੁਣ ਆਹ ਤੁਹਾਡਾ ਹੈ ਨਾ ਦੇਖਿਆ ਐਡ ਇਹਦੇ ਵਿੱਚ ਮੋਬਾਈਲ ਵਿੱਚ, ਫਿਰ ਮੈਨੂੰ ਕਿਸੇ ਨੇ ਦੱਸਣ ਮੇਰੀ ਵੋਟ ਹੁੰਦੀ ਆ, ਕਹਿੰਦੀ ਤੂੰ ਉੱਥੇ ਜਾ ਕੇ ਆ। ਫਿਰ ਮੈਂ ਉਸੇ ਨੰਬਰ ਲੈ ਕੇ ਫਿਰ ਮੈਂ ਡਾਕਟਰ ਨਾਲ ਗੱਲ ਕੀਤੀ। ਇਹ ਦੇਖੋ ਤੁਹਾਡੀਆਂ ਵੀਡੀਓ ਸ਼ੇਅਰ ਕੀਤੀਆਂ ਹੋਈਆਂ ਜਿਹੜੀਆਂ ਤੁਸੀਂ, ਉਹਦੇ ਕਰਕੇ ਸਾਡੇ ਤੱਕ ਇੱਦਾਂ ਦੀਆਂ ਤਕਰਾਰੀਆਂ ਮਾਵਾਂ ਆਪਣੇ ਪੁੱਤਾਂ ਨੂੰ ਲੈ ਕੇ ਪਹੁੰਚ ਪਾਉਂਦੀਆਂ। ਰਾਤ ਨੂੰ 12:30 ਵਜੇ ਅਸੀਂ ਪਹੁੰਚਿਆ ਗੁਰਦੁਆਰੇ ਰਾਤ ਲੁਧਿਆਣੇ ਇੱਥੇ ਅਸਨਪੁਰ। ਹਾਂਜੀ,
अपने पुतों लैके इतने किसी आस में पहुंची हैं भी साढ़े पुत इतने ठीक हो जाए। साड़ी बेनती है वीडियो में शेयर कर दो, अरदास जरूर करो। यद ना अमरजीत है, यद ना अशोक आ, दोनों वीर की खातर अरदास करो। पहला जिहड़ा वीर तुसी देखिया अंग्रेज, उहदे वास्ते भी अरदास करो तां जो ठीक हो गए कि चंगी जिंदगी जिउ सकन। ते जिहड़ियां इदां दीआं साडीआं पंजाब दीआं उह दिखियारियां मावां जिन्हां ने तुहानूं पहलां दस्सिया शेर जम्मदीआं सी जिहड़ियां, अज्ज उह मावां रोंदीआं बिलकदीआं फिरदीआं, अज्ज उह मावां तड़फदीआं वा अपने पुत्तां नूं देख देख के, उन्हां दे वल देख देख के उन्हां नूं रोणा निकल आउंदा भी असीं ये पुत जमे से, असीं इन्हां दीआं लोहड़ियां मनाईआं सी, असीं इन्हां दे सिहरे बन्ने सी, ते अज्ज इन्ना वधिया सज भज के रहिंदा सी पूरा। हांजी यार, रंग भी चिट्टा सा बिलकुल हुण काला हो गया। इन्ने शौक दे नाल पा लिया सगा। मैं रोना तू रोना ये जिहड़ियां तुहाडे तिकर ये विजुअल पहुँचा रहे हैं ना जी, असीं ये पहुँचाउण दा साडा कारण इक्को ही आ वी तुसीं अपने आले दुआले देख सको, अवेयर हो सको, तुसीं इदां दीआं मावां दी इदां दे बच्चिआं दी मदद कर सको। एक ये वीर बैठा साडा, ये साडा छोटा वीर वीरे की हाल ने, की नाम वीरे तेरा? हरप्रीत सिंह। इहदे माता जी ने इधर आ वीरे कुलजीत इत्थे कोई ना रख लै सवाल। जिस दिन पहले दिन आए थे इन्हू भी मंजे से पाके लेके आए थे, मां का भी बहुत हालात माड़े थे। अज बहुत कृपा वाहेगुरु जी, वीर भी वधिया कमाउण दे काबल हो गया, अपने भरा दे नाल कम करवाउंदा, ते मां भी रोटी पानी लाउण दे काबल हो गया। ਦੁਆਵਾਂ ਅਰਦਾਸਾਂ ਦਾ ਅਸਰ ਆ ਜੀ, ਸਾਡੀ ਬੇਨਤੀ ਆ ਕਿ ਅਸੀਂ ਜਿਹੜੇ ਵੀ ਪਰਿਵਾਰ ਦੇ ਮੈਂਬਰ ਤੁਹਾਡੇ ਤੱਕ ਬੁਲਾਉਂਦੇ ਆ, ਤੁਹਾਡੀ ਸਕਰੀਨ ਤੱਕ ਪਹੁੰਚਾਉਂਦੇ ਆ, ਪਲੀਜ਼ ਉਹਨਾਂ ਵਾਸਤੇ ਅਰਦਾਸ ਬੇਨਤੀ ਜ਼ਰੂਰ ਕਰਿਆ ਕਰੋ। ਆਹ ਦਵਾਈਆਂ ਜੀ ਲਿਫਾਫਿਆਂ 'ਚ ਪਾਈਆਂ ਪਈਆਂ, ਇਹ ਦਵਾਈਆਂ ਹੁਣ ਇਹਨਾਂ ਨੂੰ ਸਾਰਿਆਂ ਨੂੰ ਵੰਡੀਆਂ ਜਾਣੀਆਂ, ਇੱਕ ਇੱਕ ਮਹੀਨੇ ਦੀ ਮੈਡੀਸਨ ਆ ਹਰੇਕ ਦੀ। ਜਿਵੇਂ ਇੱਧਰ ਕਮਲਜੀਤ ਕੌਰ ਆ ਜੀ, ਇੱਧਰ ਕਾਂਤਾ ਰਾਣੀ ਆ ਜੀ, ਇਹ ਹਰੇਕ ਪੇਸ਼ੈਂਟ ਦਾ ਨਾਮ ਆ ਜਿਹੜਾ ਉੱਪਰ ਲਿਖਿਆ ਹੋਇਆ ਵਾ। ਪ੍ਰਗਟ ਸਿੰਘ ਆ ਜੀ, ਅਤੇ ਇਹ ਕਿੰਨੇ ਦਿਨਾਂ ਦੀ ਦਵਾਈ ਆ, ਕਿਵੇਂ ਕਿਵੇਂ ਖਾਣੀ ਆ, ਇਹ ਸਾਰੀ ਇਹਨਾਂ ਦਾ ਆ ਸੀ ਆਰ ਨੰਬਰ ਆ ਜੀ, ਥੱਲੇ ਹਰੇਕ ਬੰਦੇ ਦਾ ਅਲੱਗ ਨੰਬਰ ਲਾਇਆ ਜਾਂਦਾ, ਅਤੇ ਇਹ ਦਵਾਈਆਂ ਇੱਕ ਇੱਕ ਮਹੀਨੇ ਦੀ ਮੈਡੀਸਨ ਆ ਹਰੇਕ ਬੰਦੇ ਨੂੰ ਦਿੱਤੀ ਜਾਣੀ ਆ। ਅਤੇ ਅਸਲ ਜਿਹੜਾ ਕੰਮ ਆ ਦਵਾਈ ਨਾਲੋਂ ਜ਼ਿਆਦਾ ਦਵਾਵਾਂ ਦਾ ਅਸਰ ਹੁੰਦਾ। ਇਹ ਭੈਣ, ਇਹ ਸਾਡੀ ਛੋਟੀ ਭੈਣ ਰੂਬੀ, ਮਾਤਾ ਜੀ ਫੋਟੋਆਂ ਦਿਖਾਇਓ। ਇਹ ਪਾਣੀਪਤ ਤੋਂ ਆਈ ਹੈ ਮਾਂ ਆਪਣੀ ਧੀ ਨੂੰ ਲੈ ਕੇ, 7 ਸਾਲਾਂ ਤੋਂ ਇੱਦਾਂ ਹੀ ਮੈਂਟਲੀ ਹਾਲਾਤਾਂ ਨਾਲ ਪਹੁੰਚੀ ਹੋਈ ਹੈ ਇਹ ਭੈਣ। ਵਿਆਹੀ ਸੀ, ਘਰ ਵਾਲਾ ਤੰਗ ਕਰਦਾ ਸੀ, ਕੁੱਟਦਾ ਮਾਰਦਾ ਸੀ ਬਹੁਤ ਜ਼ਿਆਦਾ, ਭੈਣ ਦੇ ਸਿਰ ਦੇ ਵਿੱਚ ਮੁੱਕੀਆਂ ਮਾਰਦਾ ਮਾਰਦਾ ਹੀ ਸੱਟਾਂ, ਉਹਦੇ ਕਰਕੇ ਮੈਂਟਲੀ ਅਪਸੈਟ ਹੋ ਗਈ ਭੈਣ। ਇਹਦੀਆਂ ਕੁਝ ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ ਭੈਣ ਦੀਆਂ ਜੀ ਪੁਰਾਣੀਆਂ ਤੁਹਾਨੂੰ, ਅਤੇ ਉਸ ਟਾਈਮ ਭੈਣ ਇੱਦਾਂ ਦੀ ਸੀਗੀ, ਦੇਖੋ ਰੂਬੀ ਆ, ਰੂਬੀ ਭੈਣ, ਇਹ ਰੂਬੀ ਭੈਣ ਦੀਆਂ ਤਸਵੀਰਾਂ ਵਾ, ਇਹ ਰੂਬੀ ਭੈਣ ਦੀਆਂ ਤਸਵੀਰਾਂ ਵਾ ਦੇਖੋ। ਅਤੇ ਅੱਜ ਵਿਚਾਰੀ ਦੇ ਹਾਲਾਤ ਦੇਖੋ, ਇਹ ਮਾਂ ਨੇ ਬੰਨ੍ਹ ਕੇ ਰੱਖਣੀ ਪੈਂਦੀ ਆ ਧੀ, ਕਹਿ ਦੀ ਇੱਕ ਕਿਸਮ ਦੀ, ਆਹ ਚੁੰਨੀ ਦੇ ਲੜ ਨਾਲ ਬੰਨ੍ਹੀ ਹੋਈ ਆ। ਪਿਛਲੀ ਵਾਰੀ ਦਵਾਈ ਲੈਣ ਆਏ ਰਸਤੇ 'ਚੋਂ ਭੱਜ ਗਈ ਸਟੇਸ਼ਨ ਤੋਂ, ਨਾ ਭੈਣੇ ਰੋਲ ਨਾ, ਤੇਰੇ ਮਾਰਦੇ ਸੀ ਕੋਈ ਨਹੀਂ, ਤੇਰੇ ਘਰ ਵਾਲਾ ਕੁੱਟਦਾ ਨੀ ਤੈਨੂੰ, ਕਿੱਥੇ ਮਾਰਦਾ ਸੀ, ਇੱਥੇ ਮਾਰਦਾ ਸੀ। ਅਤੇ ਇਹ ਪਾਣੀਪਤ ਤੋਂ ਆਈ ਹੈ ਭੈਣ, ਇਹ ਮਾਂ ਵਾ ਕਰਮਾਂ ਦੀ ਮਾਰੀ ਹੋਈ, ਜਿਹੜੀ ਆਪਣੀ ਧੀ ਨੂੰ ਦਵਾਈਆਂ ਵੀ ਬਥੇਰੀਆਂ ਥਾਵਾਂ ਤੋਂ ਦਵਾ ਚੁੱਕੀ ਆ, ਦੱਸਦੀ ਹੈ ਮਾਤਾ ਜੀ ਵੀ ਕੋਈ ਜਗ੍ਹਾ ਨਹੀਂ ਛੱਡੀ ਜਿੱਥੇ ਇਹ ਨਾ ਪਹੁੰਚੇ ਹੋਣ, ਪਰ ਅੱਜ ਵਾਹਿਗੁਰੂ ਦੀ ਕਿਰਪਾ ਇਹ ਭੈਣ ਸਾਡੇ ਕੋਲ ਆਏ ਨੇ, ਪਹਿਲੀ ਵਾਰੀ ਦਵਾਈ ਲੈਣ ਆਏ ਨੇ। ਇਹ ਰੂਬੀ ਭੈਣ ਵਾਸਤੇ ਬੇਨਤੀ ਆ, ਅਰਦਾਸ ਜ਼ਰੂਰ ਕਰਿਓ, ਇਹ ਰੂਬੀ ਭੈਣ ਇੱਦਾਂ ਦੀ ਦੁਬਾਰਾ ਬਣ ਜਾਵੇ, ਇਹਦੇ ਵਾਸਤੇ ਜ਼ਰੂਰ ਅਰਦਾਸ ਬੇਨਤੀ ਕਰਿਓ। ਆਹ ਦੇਖੋ, ਆਹ ਭੈਣ ਦੀਆਂ ਪੁਰਾਣੀਆਂ ਤਸਵੀਰਾਂ ਵਾ ਜੀ।
समा वा ना जेड़ा वो बड़ी वड्डी चीज है समा बड़ा बलवान होना ਨਛੱਤਰ ਸਿੰਘ ਰੱਬ ਦਾ ਰੂਪ ਹੈ ਇੱਦਾਂ ਦੇ ਬੰਦੇ ਹੋਰ ਜੱਜ ਕਿਵੇਂ ਵੀਰੇ ਠੀਕ ਆ ਠੀਕ ਆ ਠੀਕ ਹੋ ਜਾਣਾ ਵੀਰੇ ਤੂੰ ਤੇ ਇੱਦਾਂ ਦੇ ਰੱਬ ਰੂਪੀ ਇਨਸਾਨਾਂ ਦੇ ਚਿਹਰੇ ਜਦੋਂ ਤੁਸੀਂ ਆਪਣੀ ਸਕਰੀਨ 'ਤੇ ਦੇਖਦੇ ਹੋ ਤੁਸੀਂ ਇਹ ਨਾ ਸੋਚੋ ਵੀ ਤੁਸੀਂ ਜੱਜ ਨੂੰ ਦੇਖ ਲਿਆ ਅਤੇ ਤੁਸੀਂ ਇਹ ਸੋਚੋ ਵੀ ਤੁਸੀਂ ਰੱਬ ਨੂੰ ਦੇਖ ਲਿਆ ਇਹ ਰੱਬ ਆ ਜੀ ਅਸੀਂ ਪਰਿਵਾਰ ਨਾਲ ਵੀ ਇਹੀ ਗੱਲਾਂ ਕਰਦੇ ਹਟੇ ਹਾਂ ਕਿ ਇਹਨਾਂ ਦੀ ਸੇਵਾ ਕਰਿਆ ਕਰੋ ਭੂਰੂ ਨਾ ਇਹ ਰੱਬ ਆ ਤੁਹਾਡੇ ਪਰਿਵਾਰ ਦੇ ਵਿੱਚ ਇੱਦਾਂ ਹੀ ਇਹ ਵੀਰ ਮੈਂਟਲੀ ਪ੍ਰੋਬਲਮਾਂ ਦੇ ਨਾਲ ਘਿਰਿਆ ਹੋਇਆ ਵਾ ਅਤੇ ਇਸ ਵੀਰ ਦੀਆਂ ਜਿਹੜੀਆਂ ਪ੍ਰੋਬਲਮਾਂ ਵਾ ਕਈ ਸਾਲਾਂ ਤੋਂ ਚੱਲ ਰਹੀਆਂ ਦਵਾਈਆਂ ਵੀਰ ਕਹਿੰਦਾ ਮੈਂ ਬਹੁਤ ਥਾਵਾਂ ਤੋਂ ਖਾ ਲਈਆਂ ਵੀਰੇ ਕੀ ਹੋਇਆ ਤੁਹਾਨੂੰ ਕਿੰਨੇ ਸਾਲਾਂ ਤੋਂ ਪ੍ਰੋਬਲਮ ਆ ਚਲੋ ਵਾਹਿਗੁਰੂ ਕਿਰਪਾ ਕਰਨ ਕੀ ਨਾਂ ਤੁਹਾਡਾ ਗੁਰਚਰਨ ਸਿੰਘ ਕਿੱਥੋਂ ਆਏ ਹੋ ਜੀ ਸੂਚਕ ਬਾਪੂ ਜੀ ਵੀ ਆਪਣੇ ਪਿੰਡ ਦੀ ਦਵਾਈ ਲੈਣ ਆਉਂਦੇ ਨੇ ਕਿਵੇਂ ਬਾਪੂ ਜੀ ਹੁਣ ਠੀਕ ਹੈ ਕਿਹੜਾ ਲੋਕ ਇੱਦਾਂ ਹੀ ਬਾਪੂ ਜੀ ਆਪਣੀ ਭਤੀਜੀ ਨੂੰ ਲੈ ਕੇ ਆਏ ਨੇ ਇਹ ਭੈਣ ਦੀ ਵੀ ਜਿਹੜੀ ਤਕਲੀਫ ਆ ਜਿਹੜਾ ਦੁੱਖ ਆ ਉਹ ਘਰ ਤੋਂ ਸ਼ੁਰੂ ਹੁੰਦਾ ਕਿਸੇ ਨਾ ਕਿਸੇ ਹਾਦਸੇ ਤੋਂ ਇਸ ਭੈਣ ਦੇ ਘਰ ਦੇ ਵਿੱਚ ਵੀ ਬੜੇ ਹਾਦਸੇ ਵਾਪਰੇ ਆ ਭੈਣ ਇਹਨਾਂ ਦੇ ਪਰਿਵਾਰ 'ਚ ਕੌਣ ਕੌਣ ਆ ਬਾਪੂ ਜੀ ਹੁਣ ਤੁਹਾਡੇ ਕੀ ਲੱਗਦੇ ਨੇ ਸਾਲੇ ਦੀ ਕੁੜੀ ਭਰਾ ਅੱਡ ਹੋ ਗਿਆ ਤੇ ਭੈਣ ਨੇ ਟੈਨਸ਼ਨ ਲੈ ਲਈ ਇਸ ਗੱਲ ਦੀ ਵੀ ਮੈਂ ਤੇ ਮੇਰੀ ਮਾਂ ਹੁਣ ਕਿੱਧਰ ਜਾਵਾਂਗੇ ਕਮਾਈ ਦਾ ਕੋਈ ਸਾਧਨ ਨਹੀਂ ਭੈਣ ਦਿਮਾਗੀ ਤੌਰ 'ਤੇ ਇੰਨੀ ਜ਼ਿਆਦਾ ਪਰੇਸ਼ਾਨ ਹੋ ਗਈ ਆ ਕਿ ਉਹਨੂੰ ਆਪਦੀ ਸੁੱਧ ਬੋਧੀ ਖਤਮ ਹੋ ਗਈ ਅਤੇ ਇੱਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੱਚੇ ਪਾਤਸ਼ਾਹ ਸਮੱਤ ਬਖਸ਼ੇ ਜਿਹੜਾ ਸਮੇਂ ਦੀ ਇਸ ਜਿਹੜੀ ਲੋੜ ਸੀ ਇਸ ਟਾਈਮ ਪਰਿਵਾਰ ਦੇ ਵਿੱਚ ਉਹ ਅਲੱਗ ਹੋ ਕੇ ਆਪਣੀ ਜ਼ਿੰਦਗੀ ਦਾ ਸ਼ਾਇਦ ਬਿਹਤਰ ਕਰ ਲਵੇ ਪਰ ਉਹ ਖੁਸ਼ੀਆਂ ਨਹੀਂ ਪਾ ਸਕਦਾ ਵੀਰ ਅਸੀਂ ਬੇਨਤੀ ਕਰਦੇ ਹਾਂ ਵੀ ਇਸ ਭੈਣ ਦੇ ਨਾਲ ਜ਼ਰੂਰ ਉਹ ਵੀਰ ਸਾਂਝ ਪਾਵੇ ਰੱਖੜੀ ਦੀ ਤਾਂ ਜੋ ਇਹ ਭੈਣ ਠੀਕ ਹੋ ਸਕੇ ਇਕੱਲੀਆਂ ਦਵਾਈਆਂ ਨਹੀਂ ਦੁਆਵਾਂ ਵੀ ਕੰਮ ਕਰਦੀਆਂ ਜੇ ਪਰਿਵਾਰ ਦੇ ਮੈਂਬਰ ਸਾਥ ਦੇਣ ਤਾਂ ਪਰਿਵਾਰ ਛੇਤੀ ਠੀਕ ਹੋ ਜਾਂਦੇ ਨੇ ਉਹ ਮੈਂ ਇਸ ਸਾਈਡ 'ਤੇ ਤੁਸੀਂ ਮੈਂਬਰਾਂ ਨੂੰ ਬੈਠਿਆਂ ਨੂੰ ਦੇਖਦੇ ਹੋ ਇਹ ਸਾਰੇ ਸਾਡੇ ਪੁਰਾਣੇ ਪਰਿਵਾਰ ਦੇ ਮੈਂਬਰ ਨੇ ਭੈਣੇ ਕਿਵੇਂ ਆਉਣ ਕਿਨੋਂ ਬਾਪੂ ਫਰਕ ਆ ਕਿਨੋਂ ਮਾਤਾ ਜੀ ਕਿਵੇਂ ਆਉਣ ਕਮਲ ਜੀ ਕਰਮਜੀਤ ਕਿਵੇਂ ਆਉਣ ਅੱਗੇ ਨਾਲੋਂ ਠੀਕ ਆ ਲੱਠ ਜਾਂਦੀ ਆ ਇਹਦੀ ਦਵਾਈ ਨਹੀਂ ਬੰਦ ਕਰਨੀ ਬੇਟੇ ਦਸ ਦਸ ਵੀਹ ਦਿਨ ਤੁਸੀਂ ਦਵਾਈ ਦਾ ਗੈਪ ਨਹੀਂ ਪਾਉਣਾ ਹੈਗਾ ਠੀਕ ਆ ਹਾਂਜੀ ਵੀਰੇ ਹੇਮਾ ਕਿਵੇਂ ਆਉਣ ਹਾਂਜੀ ਭੈਣੇ ਕਿਵੇਂ ਹੋ ਠੀਕ ਹੋ ਬਾਪੂ ਕਿਵੇਂ ਹੋ ਠੀਕ ਆ ਮਾਤਾ ਜੀ ਉਹ ਸੋਚੇ ਜਾਂਦੇ ਬਾਪੂ ਕਿਵੇਂ ਅੰਗਰੇਜ਼ ਆਉਣ ਠੀਕ ਆ ਹਾਂਜੀ ਬਾਪੂ ਜੀ ਠੀਕ ਹੋ ਤੁਸੀਂ ਹਾਂਜੀ ਤੁਸੀਂ ਦੱਸੋ ਮਾਤਾ ਜੀ ਕਿਵੇਂ ਨਭੂ ਠੀਕ ਆ ਇਹ ਸਾਰੇ ਪਰਿਵਾਰ ਦੇ ਮੈਂਬਰ ਪੁਰਾਣੀਆਂ ਤੁਸੀਂ ਵੀਡੀਓ ਦੇਖੋ ਖੋਲ ਖੋਲ ਕੇ ਤੁਹਾਨੂੰ ਪਤਾ ਲੱਗੇ ਕਿ ਪੁਰਾਣੇ ਹਾਲਾਤ ਜਿਹੜੇ ਸੀਗੇ ਇਹਨਾਂ ਦੇ ਉਦੋਂ ਕਿੱਦਾਂ ਦੇ ਸੀਗੇ ਅਤੇ ਅੱਜ ਕਿੱਦਾਂ ਦੇ ਹਾਲਾਤਾਂ ਦੇ ਵਿੱਚ ਨੇ ਅਤੇ ਯਾਨੀ ਕਿ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਦੇ ਸਦਕਾ ਇਹ ਸਾਰਾ ਕੁਛ ਹੋ ਰਿਹਾ ਤੁਹਾਨੂੰ ਪਿੱਛੇ ਮਨਾਉਂਦੇ ਸਾਡੇ ਕੋਲ ਅੱਜ ਨੰਨੇ ਮੁੰਨੇ ਬੱਚੇ ਵੀ ਆਏ ਕਿਹਾ ਭੈਣ ਆ ਪਿਛਲੀ ਵੀਡੀਓ 'ਚ ਵੀ ਤੁਸੀਂ ਦੇਖਿਆ ਸੀ ਅੱਜ ਤੋਂ ਇੱਕ ਮਹੀਨਾ ਪਹਿਲਾਂ ਇਹ ਭੈਣ ਆਈ ਸੀ ਇਹਦੇ ਚਿਹਰੇ ਦੇ ਹਾਲਾਤ ਉਦੋਂ ਦੇ ਅਤੇ ਅੱਜ ਦੇ ਹਾਲਾਤਾਂ ਨੂੰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿੰਨਾ ਫਰਕ ਪੈ ਗਿਆ ਇਹ ਭੈਣ ਆਪਣੀ ਬਾਹਾਂ 'ਤੇ ਦੰਦੀਆਂ ਵੱਢਦੀ ਰਹਿੰਦੀ ਸੀ ਆਹ ਦੇਖੋ ਬਾਂਹ ਇਹਨੇ ਪੂਰੀ ਖਾ ਲਈ ਸੀਗੀ ਪਰ ਹੁਣ ਮਾਤਾ ਜੀ ਦੱਸਦੇ ਨੇ ਇਹਦੇ ਭੈਣੇ ਕਿਵੇਂ ਆਉਣ ਕੀ ਨਾਂ ਇਹਦਾ ਗੁਰਸਿਮਰਨ ਹੁਣ ਭੈਣੇ ਗੁਰਸਿਮਰਨ ਦੰਦੀਆਂ ਤਾਂ ਨਹੀਂ ਵੱਢਦੀਆਂ ਉਦੋਂ ਠੀਕ ਆ ਕਿ ਨਾ ਪਹਿਲਾਂ ਕਦੇ ਇੰਨਾ ਫਰਕ ਪਿਆ ਇਹ ਆ ਜੀ ਵਾਹਿਗੁਰੂ ਦੀ ਕਿਰਪਾ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਦਾ ਇਹ ਉਹ ਫਰਕ ਆ ਜਿਹੜਾ ਵਾਕਿਆ ਹੀ ਗਰਾਊਂਡ ਲੈਵਲ 'ਤੇ
पता लगता। वीडियो में शेयर जरूर करा करो ता जो होर कोई पेशेंट साढ़े तक पहुँच सकन। डॉक्टर जी आए साढ़े को अपने इलाज के लिए, इन्हों भी बहुत प्रॉब्लम है, घबराहट होंगी आ घर च कमाण तो संभालने वाला कोई नहीं। माता जी आप इन्हों लैके आए नहीं, वाहगुरू इन्हें कृपा कर। कितों आए बापू जी? लुधियाने हो? की नाम थोड़ा? कुलवंत कुमार जी। लहारे पिंड तुम्हें जमा ठीक हो जाना। बच्चा जी एकम इस बच्चे मेरा फादर लैके आया। फादर साहब भी डिप्रैशन के शिकार ने, बच्चे भी मैंटली प्रॉब्लम चल रही। अज्जी भी दवाई शुरू करवाई है, होंगे तो झटके मारो झटके कोई ना। दोनों ठीक है कि ना? हाँ भाई हरमन ठीक है तू? हाँ भी काका तू ठीक है? ये माँ ने दोनों बेटा बेटी दिमागी परेशानी तो पीड़ित सके, तो माँ दसती अच बच्चों की ठीक है हूँ कि अगर इन्हों फर्क आ दवाइया तो दवावान का असर आ। यही बेनती है तू जरूर अरदास बेनती करे करो। भैने किमें पहली बारी आए हो? वाहगुरू कर कृपा की। ये नाम बहादुर सिंह, ये बहादुर सिंह है जी, जिसे वास्ते अरदास करो। ये भी बचपन तो ही प्रॉब्लम के इदा ही। ये बच्चा जसप्रीत है? जसप्रीत है जी। ये वास्ते भी अरदास करो। तुम भैने कितों आए हो? बरनाले को बापू जी तुम कितों आए हो? बलोटी तो आए हो? हाँ जी बापू तुम कितों आए हो? गुरमंडी मलिया तो आए हो? ये नाम नवप्रीत सिंह। बचपन तो देख भी नहीं सकता, अखा भी है नहीं यदिया बच्चे दियाँ, तो दिमागी परेशान भी आ। दवाई अगे ना कोई फर्क पाया जी? पहले ना फर्क है भैन इतना ही। ये बच्चा आया। हाँ भी काका किमें आ? की हाल ने? कि पुत की ना तेरा? गुरसेवक सिंह। बोल नहीं सकता पर मदर दसते भैन भी हिलता बहुत करता। सत्ता खा लिंदा देखो सिद्ध की जी सत्त खा ली जी बढ़ा ली सीधी कोई छाल मार दिता कि कितों कि कितों दूजे बच्चों भी परेशान करता। अच पहली बार दवाई ली है गुरसेवक ने। कितों आए भैने? गुरदासपुर तो आई है भैन साधी। तो प्लीज अरदास करो गुरसेवक की खातर ता जो ये रब रूपी बच्चा ये गुरसेवक सिंह ठीक हो जाए। है ना गुरसेवक? हाँ भाई किमें आ? पंकज कुमार। ये भी बच्चा मंदबुद्धि है जी, बचपन तो ही चेता शरारत करता बहुत। तुम कहदी दुकान करते हो? कपड़े सियाने। चलो वाहगुरू कृपा करेंगे जो ठीक हो गया, तुम लगेगा कि ठीक हो गया तो तुम लेडीज सूट सियाने हो तो साढ़े जितनी माता इतने रही अरदास करो जी बच्ची खातर भी माता शिमला देवी उन्होंने सूटा वास्ते भी ता जो ये ठीक हो के अपने फादर जी सहमत करे भी वो साढ़े लिए सूट सियाँगे। इतना ही बच्चे लैके आए हैं। हाँ जी की हाल है वीरे? इन्हों का की नाम भैन है? राजकुमार। ये भी अरदास करो। कितों आए भैन तुम? घनौर तो यानी कि पंजाब के कोने कोने तो हरेक जिले तो दूरों दूरों राजस्थान तो सोनीपत तो हरियाणा तो मतलब हिमाचल तो नालागढ़ तो यानी कि पूरे हिंदुस्तान कह सकते हैं भी साढ़े को साढ़े परिवारों के मैंबर आते हैं। जिनी सानू औकात बख्शी आ वाहगुरू ने, जिनी सानू ताकत बख्शी आ वाहगुरू ने, यदि पूरी कोशिश करते हैं भी इन परिवार के मैंबर के परिवार आ जोड़े वो सुखी वसन। इदा ये बीजा बच्चा साढ़े को आया। हाँ भी काका किमें आ? तेरा की नाम पुत्र? की नाम जी? सुखचैन। सुखचैन भैन ठीक है? कि दवाई का कोई फर्क पाया जी? अगर फर्क आ सुखचैन भी अगर ठीक आ? कितों आए भैने? करमगढ़ तो। इदा ही वीडियो तो बहुत लंबी हो जाती है जो हरेक बंदे का हाल चाल तक पहुँचता करिए घंटे कई लग जाने
बस इन्नी की बेनती आ भी जिहड़ा ये 100 परिवार का मैंबर अज साडे कोले दवाई लैण पहुंचिया इन्हां वास्ते अरदास करदे हो इन्हां वास्ते दुआ करदे हो क्योंकि किसी के घर च एक मंद बुद्धि इंसान एक मैंटली अपसैट इंसान जिहदे घर च हुंदा उहनूं पता हुंदा पूरा परिवार ही मैंटल हो जाता क्योंकि एक इंसान नूं सांभण लई सारे परिवार की एनर्जी लगती है। जिवें इस भैण बारे तुहानूं दस्सिया कि जदों आपके आप के दंदियां वढ़दी सी आपका मास खांदी सी ते उह मां दे दिल ते की बीतदी सी आपां अंदाजा नहीं ला सकते उस बाप ते उस भैण ते उस भरा ते की बीतदी आ जदों उहदा आपके नाल जम्मिया होया भैण भरा जां आपका जम्मिया होया बच्चा आपके आप नूं खत्म कर लग जाता जां खाण लग जाता जां भन्न तोड़ करदा चीज़ां नूं तोड़न लग जाता तां फिर उही परिवार के मैंबर दुश्मन बन जाते जिवें अंग्रेज नूं कुटिया मारा जाता सी उहदे भरावां वल्लों क्योंकि वह मैंटली ठीक नहीं तो मैंटली ठीक ना होने कारण उन्होंने पता नहीं दुनियादारी का तो उन्होंने कुटिया मारा जाता इदा ही साढ़े को वीर गिरधर सिंह गिरधर वीर आ जी पिछले 2 महीनों तो मई च आया थी 4 मई में मई जून तो जुलाई 4 महीनों तो अथवा 2 महीनों तो सेवा करा रहा 15 दिन ये ठीक हो गया से वीर तो जो मिलया से वीर ये उस टाइम ये वीर यहाँ नाम गज्जन सिंह आ उदों ये गज्जन कौर बनया हुआ सी दिमागी संतुलन ठीक नहीं सी ये लेडीज़ कपड़े पा के रखता सी चूड़ा पा के रखता सी इदा ही घूमता सी कई साल तो पूरा हार शिकार करके इदा ही घूमता सी पर वाहिगुरू की कृपा के नाल अज गज्जन सिंह बिल्कुल ठीक थोड़े सामने खड़ा गज्जन ठीक है तू की करता हूं सेवा करना प्रशादे की होर की प्रशादे की सेवा जे मिस्त्रियों इटा रेता सीमेंट फड़ा वो सेवा हर तरह की मंजे बिस्तरे लगाने वो भी सेवा जब एक छोटी जी कोशिश एक छोटा जहा उपराला जो ये पिंड के वीर लैके आए थे जी परिवार के मैंबर इतने लैके आए थे उन्होंने एक ही बेनती करी सी भी यू दवाई तो अभी खवा नहीं सकते इन्हें खानी नहीं भी जे तुम इनू महीना इतने रख लवो तो यह ठीक हो जाऊ दवाई खा लो ये वीर थोड़े सामने आ पिछले 2.5-3 महीनों को साढ़े को रह रहा बिल्कुल नॉर्मल आज दोबारा आपके घर जाने के काबल हो गया ये अपनी नॉर्मल जिंदगी जीवन के काबल हो गया इतने एक लेडीज कपड़े पा के बंगा चूड़िया पा के सुरखी बिंदी ला के घूमता सी सड़क पर गज्जन सिंह तो अज गज्जन सिंह नॉर्मल इंसान बन यही साड़ी एक कोशिश आ समाज में असी ता ही बदल सकते हैं जी असी आपदे आप नूं बदलांगे असी पहला खुद नूं बदलिया बड़े पापी इंसान सी कलयुगी इंसान सी बड़े गलत कामां दे विच लिप्त सी बड़े झूठ तूफान भरी जिंदगी जीउण दे आदी सी पर सब तो पहला आपदे आप नूं बदलिया फिर समाज नूं बदलदा भी लग पिया ते वाहिगुरू ने इन्ना साथ दित्ता सच्चे पातशाह ने हुण तकर हजारां की गिणती साडे परिवारां दे मैंबर साडे नाल जुड़ चुके आ ते लखां दी जिंदगी दी गिणती दे विच साडी जिंदगी दे नाल साडे ओह परिवारक मैंबर जुड़ चुके आ जिहड़े कोई कनेडा अमरीका इंग्लैंड कोई किथे बैठा पर उत्थे बैठे भी साडे परिवारां दे मैंबर आ जिद्दां बापू जी साडे कोल अज आए ने अज नहीं पिछले करीब 1 महीने तो इत्थे ने बापू जी की नाम तुहाडा जसविंदर बापू पिंड किहड़ा तुहाडा मद्दो के पिंड आ बापू का रवि मद्दो कहते साडा भरा उहदा बापू जी ताया लगते हैं वो अंकल लगते हैं तो अज तो करीब 2 महीने पहला बापू जी का फोन आया सी कि मैनू बड़ी सेवा तुहाडी वधिया लगती आ भी मैं चाहुंदा तुहाडे नाल रह के सेवा करा तो असीं बापू जी नूं कहा सी भी कोई गल नहीं बापू जी जदों मर्जी आ जाओ तो बापू जी अज तो करीब 20 दिन पहला USA कैलीफोर्निया रेंदे सी उत्थों आ गए हर रोज़ बापू जी सवेरे तड़के इतने आ जाते हैं रात तक साडे नाल सेवा करवाउंदे ने बंदियां दा स्नान करवाना झाड़ू पोचे लवाने प्रशादा छकाउणा कपड़े मंजे बिस्तरे कट्ठे करवाने शाम नूं मंजे बिस्तरे लवाने सारा कार्ज ये बापू जी साडे नाल करवाउंदे ने कैलीफोर्निया तो आए ने अमेरिका तो की करन लई साडे परिवार दे मैंबर बने ने सेवा करवाउण लई आए तो ये भी इन्नी गर्मी दे विच उत्थे बाहर बैठे ठंडी हवा लेंदे हो सकते थे इन्हां नूं भी गर्मी तो होया होया पिछले 2-3 महीनों तो बहुत घट आ रहे हैं भैन भरा साडे कोले दवाइया जिवें तुहानूं दस्सिया इस बार मुल लैणियां पईआं राशन कपड़े बिल्डिंग का मटीरियल हॉस्पिटल के बिल दुध के बिल पेंडिंग हो जाते हैं
ਜਦੋਂ ਤੁਸੀਂ ਸਾਡੇ ਕੋਲ ਨਹੀਂ ਆਉਂਦੇ ਕਿਉਂਕਿ ਸਾਡੇ ਅਕਾਊਂਟ ਨੰਬਰ ਨਹੀਂ, ਅਸੀਂ ਪੈਸੇ ਅਕਾਊਂਟ 'ਚ ਨਹੀਂ ਲੈਂਦੇ, ਸਿਰਫ ਸਾਡੇ ਮੈਂਬਰ ਆ ਜਿਹੜੇ ਉਹ ਸਾਡੇ ਨਾਲ ਕੰਟਰੀ ਕਰ ਸਕਦੇ ਨੇ, ਉਹਨਾਂ ਦੇ ਨਾਲ ਅਸੀਂ ਇਸ ਟਾਈਮ ਪਰਿਵਾਰ ਨੂੰ ਚਲਾ ਰਹੇ ਹਾਂ। ਸਾਡੇ ਮੈਂਬਰਾਂ ਦਾ ਬਹੁਤ ਧੰਨਵਾਦ, ਸਾਡੇ ਰੱਬ ਨੇ, ਉਹ ਸਾਡੇ ਭਰਾ, ਸਾਡੀਆਂ ਭੈਣਾਂ, ਸਾਡੇ ਬਜ਼ੁਰਗ, ਸਾਡੀਆਂ ਮਾਵਾਂ, ਅਤੇ ਇੱਦਾਂ ਇਹਨਾਂ ਸਾਡੇ ਪਰਿਵਾਰਕ ਮੈਂਬਰਾਂ ਨੂੰ ਸਲਿਊਟ ਕਰਦੇ ਹਾਂ, ਇਹਨਾਂ ਬਜ਼ੁਰਗਾਂ ਨੂੰ ਜਿਹੜੇ ਸਾਡੇ ਨਾਲ ਦਿਲੋਂ ਜੁੜੇ ਨੇ, ਅਮਰੀਕਾ ਛੱਡ ਕੇ ਇੱਥੇ ਸਾਡੇ ਨਾਲ ਆ ਕੇ ਝਾੜੂ ਪੋਚੇ ਲਵਾ ਰਹੇ। ਇਹ ਦਿਲੋਂ ਹੁੰਦੀ ਹੈ ਸੇਵਾ ਜੀ, ਇਹ ਬਾਪੂ ਦੇ ਕਰਮਾਂ ਦੇ ਵਿੱਚ ਸੇਵਾ ਸੀ, ਅਤੇ ਉਹੀ ਕਰ ਸਕਦਾ ਜਿਹਦੇ ਕਰਮਾਂ 'ਚ ਲਿਖੀ ਹੋਈ ਆ। ਅਤੇ ਇੱਥੇ ਦਸਵੰਧ ਜਿਹੜੇ ਭੈਣ ਭਰਾ ਸਾਨੂੰ ਬਹੁਤ ਫੋਨ ਕਰਦੇ ਨੇ, ਅਸੀਂ ਉਹਨਾਂ ਨੂੰ ਅਕਸਰ ਬੇਨਤੀਆਂ ਕਰਦੇ ਹਾਂ ਤੁਸੀਂ ਆਪਣੇ ਕਿਸੇ ਪਰਿਵਾਰ ਦੇ ਮੈਂਬਰ ਨੂੰ ਭੇਜੋ ਜਾਂ ਤੁਸੀਂ ਖੁਦ ਕਿਤੇ ਆ ਕੇ ਜਾਓ, ਜਿਹੜੀਆਂ ਚੀਜ਼ਾਂ ਦੀ ਸਾਨੂੰ ਜ਼ਰੂਰਤ ਆ ਉਹ ਪਹੁੰਚਦੀਆਂ ਕਰਕੇ ਜਾਓ, ਜਾਂ ਸਾਡੇ ਨਾਲ ਤੁਸੀਂ ਮੈਂਬਰ ਬਣ ਕੇ ਪਰਿਵਾਰ ਦੇ ਸੇਵਾ ਕਰਵਾ ਸਕਦੇ ਹੋ। ਅਤੇ ਧੰਨਵਾਦ ਆ ਉਹਨਾਂ ਭੈਣਾਂ ਭਰਾਵਾਂ ਦਾ ਜਿਨ੍ਹਾਂ ਕਰਕੇ ਇਹ ਸੇਵਾ ਚੱਲ ਰਹੀ ਆ, ਉਸ ਅਕਾਲ ਪੁਰਖ ਦਾ ਜਿਨ੍ਹਾਂ ਨੇ ਸਾਨੂੰ ਸਮੱਤ ਬਖਸ਼ੀ, ਸਾਨੂੰ ਇਸ ਕਾਬਲ ਕੀਤਾ ਤਾਂ ਜੋ ਬਾਪੂ ਜੀ ਵਰਗੇ ਬਜ਼ੁਰਗ ਅਮਰੀਕਾ ਛੱਡ ਕੇ ਸਾਡੇ ਨਾਲ ਇੱਥੇ ਆ ਕੇ ਝਾੜੂ ਪੋਚੇ ਕਰਾਉਣ। ਵੀ ਇਸ ਕਾਬਲ ਉਸ ਰੱਬ ਨੇ ਕੀਤਾ, ਉਸ ਵਾਹਿਗੁਰੂ ਨੇ, ਉਸ ਪਰਮਾਤਮਾ ਨੇ ਕੀਤਾ ਸਾਨੂੰ। ਅਤੇ ਸਾਡਾ ਪਰਿਵਾਰ ਆ ਜੀ, ਸਾਡੇ ਪਰਿਵਾਰ ਦੇ ਮੈਂਬਰ ਆ, ਬਾਪੂ ਸਤਿ ਸ਼੍ਰੀ ਅਕਾਲ। ਬਾਪੂ ਜੀ ਨੂੰ ਅਕਸਰ ਤੁਸੀਂ ਹਰੇਕ ਸਾਡੇ ਕੈਂਪ 'ਚ ਦੇਖਦੇ ਹੋ, ਬਾਪੂ ਦੇ ਬਾਪੂ ਦਾ ਪੁੱਤ ਸੇਵਾ ਸਿੰਘ ਹਮੇਸ਼ਾ ਘੁੱਟ ਕੇ ਜਦੋਂ ਜੱਫੀ ਪਾਉਂਦੇ ਆ ਅਤੇ ਜਾਣੀ ਕਿ ਕਹਿ ਦਈਏ ਵੀ ਸਕੂਨ ਮਿਲ ਜਾਂਦਾ, ਰਿਕਾਰਡ ਹੋ ਜਾਂਦਾ, ਸਾਰੀਆਂ ਥਕਾਵਟ ਲੈ ਜਾਂਦੀ ਹੈ। 6 ਸਾਲਾਂ ਤੋਂ ਬਾਪੂ ਆਪਦੇ ਪੁੱਤ ਨੂੰ ਕੁੱਟਦਾ ਮਾਰਦਾ। ਇਹ ਉਹ ਜਾਦੂ ਦੀ ਜੱਫੀ ਆ ਜੀ ਜਿਹੜੀ ਫਿਲਮਾਂ 'ਚ ਪਾਈ ਸੀ, ਪਰ ਅਸਲ 'ਚ ਇਹ ਪਾ ਕੇ ਦੇਖੋ ਕਿਤੇ ਤੁਹਾਨੂੰ ਪਤਾ ਲੱਗੂ ਵੀ ਇਹ ਵਾਕਿਆ ਜਾਦੂ ਦੀ ਜੱਫੀ ਆ। ਇਹ ਬਾਪੂ ਦੀਆਂ ਅੱਖਾਂ ਦੇ ਵਿੱਚ ਹੰਝੂ ਨਹੀਂ, ਬਾਪੂ ਕਹਿੰਦਾ ਮੈਂ ਰੋਂਦਾ ਨਹੀਂ। ਬਾਪੂ ਕੀ ਕਰਦੇ ਹੋ ਬਾਪੂ ਜੀ, ਕੱਲ੍ਹ 5 ਕਾਹਤੋਂ ਆ ਰਿਹਾ? ਵਾਹਿਗੁਰੂ 6 ਸਾਲਾਂ ਤੋਂ ਬਾਪੂ ਅਤੇ ਬਾਪੂ ਦਾ ਪੁੱਤ ਘਰ 'ਚ ਸੀ, ਕਮਲਾ ਪੁੱਤ, ਸੰਗਲ ਨਾਲ ਬੰਨ੍ਹ ਕੇ ਰੱਖਣਾ ਪੈਂਦਾ ਸੀ, ਕੁੱਟਣਾ ਪੈਂਦਾ ਸੀ, ਜਦੋਂ ਬਾਪੂ ਦੇ ਕੰਨਾਂ ਦੇ ਪਰਦੇ ਪਾੜ ਦਿੰਦਾ ਸੀ ਸੇਵਾ ਸਿੰਘ। ਬਾਪੂ ਨੇ ਸੇਵਾ ਸਿੰਘ ਰੱਖਿਆ ਸੀ ਵੀ ਸੇਵਾ ਕਰੂੰਗਾ, ਪਰ ਮੈਂਟਲੀ ਅਪਸੈਟ ਹੋ ਗਿਆ, ਇਟਲੀ ਨੂੰ ਚੱਲਿਆ ਸੀ, ਆਸਟ੍ਰੇਲੀਆ ਲਾ ਕੇ ਆਇਆ ਸਮਾਂ ਕੁਛ, ਦੁਬਈ ਦੇ ਵਿੱਚ ਟਰੱਕ ਵਧੀਆ ਕੰਮ ਕਰਦਾ ਸੀ, ਪਰ ਦਿਮਾਗੀ ਸੰਤੁਲਨ ਵਿਗੜ ਗਿਆ, ਏਅਰਪੋਰਟ 'ਤੇ ਖੜ੍ਹੇ ਨੂੰ ਪਤਾ ਨਹੀਂ ਕੀ ਦਿਮਾਗੀ ਦੌਰਾ ਪਿਆ, ਇਟਲੀ ਨੂੰ ਚੱਲਿਆ ਸੀ, ਸੰਗਲਾਂ ਨਾਲ ਬੰਨ੍ਹ ਕੇ ਪੁਲਿਸ ਛੱਡ ਕੇ ਗਈ ਘਰੇ। ਅਤੇ 6 ਸਾਲਾਂ ਤੋਂ ਬਾਪੂ ਸੰਗਲ ਨਾਲ ਬੰਨ੍ਹੀ ਬੈਠਾ ਸੀ ਆਪਦੇ ਪੁੱਤ ਨੂੰ, ਪੁੱਤ ਬਾਪੂ ਨੂੰ ਕੁੱਟ ਦਿੰਦਾ ਸੀ, ਬਾਪੂ ਪੁੱਤ ਨੂੰ ਕੁੱਟ ਦਿੰਦਾ ਸੀ, ਅਤੇ ਨੂਣ ਵਾਲੀ ਚਾਹ ਪੀ ਕੇ ਪੈ ਜਾਂਦੇ ਸੀ ਕਿਉਂਕਿ ਘਰ 'ਚ ਖੰਡ ਵੀ ਹੈ ਨਹੀਂ ਸੀ। ਅਤੇ ਉਸ ਧੰਨਵਾਦ ਉਹ ਭੈਣ ਦਾ ਜਸਵੀਰ ਦਾ ਜਿਹਨੇ ਸਾਡੇ ਤੱਕ ਇਹਨਾਂ ਨੂੰ ਪਹੁੰਚਦਾ ਕੀਤਾ, ਅਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਅੱਜ ਦੋਨੇ ਪਿਓ ਪੁੱਤ ਤੁਸੀਂ ਦੇਖ ਸਕਦੇ ਹੋ, ਸੀਸਾਂ ਦੇ ਰਹੇ ਨੇ, ਜੱਫੀਆਂ ਪਾ ਕੇ ਅੱਖਾਂ 'ਚੋਂ ਹੰਝੂ ਆ ਜਾਂਦੇ ਨੇ, ਅਤੇ ਮਨ ਨੂੰ ਸਕੂਨ ਆ ਜਾਂਦਾ ਵੀ ਵਾਕਿਆ ਕੁਛ ਚੰਗਾ ਕਰ ਰਹੇ ਹਾਂ। ਬਸ ਆਪਦੇ ਆਪ ਨੂੰ ਬਦਲੋ, ਸਮਾਜ ਆਪੇ ਹੀ ਬਦਲ ਜੂ, ਆਪਦੀ ਸੋਚ ਨੂੰ ਬਦਲੋ, ਸਿਸਟਮ ਆਪੇ ਹੀ ਬਦਲ ਜੂ। ਇੰਨੀਆਂ ਕੀ ਬੇਨਤੀਆਂ, ਇੰਨੀਆਂ ਕੀ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀਗੀਆਂ। ਆਹ ਨੰਬਰ ਆ ਜੀ, ਇਹਨਾਂ 'ਤੇ ਸੰਪਰਕ ਕਰ ਸਕਦੇ ਹੋ। ਹਸਨਪੁਰ ਪਿੰਡ ਦੇ ਵਿੱਚ ਇਸ ਟਾਈਮ ਸਾਡਾ ਪਰਿਵਾਰ ਸੇਵਾ ਕਰ ਰਿਹਾ, ਬਾਰਨਹਾੜੇ ਤੋਂ ਬਦਲ ਕੇ ਮਨੁੱਖਤਾ ਦੀ ਸੇਵਾ। ਪਰਿਵਾਰ ਦਾ ਐਡਰੈਸ ਪਿੰਡ ਹਸਨਪੁਰ ਮੁੱਲਾਪੁਰ ਦੇ ਅਤੇ ਬੱਦੋਵਾਲ ਦੇ ਬਿਲਕੁਲ ਨੇੜੇ ਆ, ਫਿਰੋਜ਼ਪੁਰ ਰੋਡ ਦੇ ਉੱਪਰ ਪਿੰਡ ਆ, ਅਤੇ ਹਰਸੀਲਾ ਪੈਲਸ ਦੇ ਕੋਲੋਂ ਸੜਕ ਮੁੜਦੀ ਆ, ਇੱਥੇ ਆ ਕੇ ਜਾਓ, ਇੱਕ ਵਾਰੀ ਮਿਲ ਕੇ ਜਾਓ, ਸਾਡੇ 'ਚ ਜੇ ਕੋਈ ਕਮੀ ਆ ਤਾਂ ਸਾਨੂੰ ਉਹਦੇ ਬਾਰੇ ਦੱਸ ਕੇ ਜਾਓ, ਜੇ ਕੁਛ ਚੰਗਾ ਕਰ ਰਹੇ ਹਾਂ ਤਾਂ ਬਾਪੂ ਸੇਵਾ ਸਿੰਘ ਦੇ ਬਾਪੂ ਨੂੰ ਇੱਕ ਜੱਫੀ ਪਾ ਕੇ ਪਿੱਠ ਥਾਪੜ ਕੇ ਜਾਓ, ਤਾਂ ਜੋ ਅਸੀਂ ਵੀ ਸਕੂਨ ਲੈ ਸਕੀਏ, ਸਾਨੂੰ ਵੀ ਚੰਗਾ ਲੱਗੇ ਵੀ ਅਸੀਂ ਵਾਕਿਆ ਹੀ ਕੁਛ ਚੰਗਾ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।